सोशल पोस्ट वेख रही सारी ऑडियंस का मैं मनवीर कौर स्वागत करती हाँ। पंजाब बेचैन क्यों है, इस बेचैनी नू एदे रूट कॉज नू लभण दे लई एक खास प्रोग्राम तुहाडे लई लैके आउणे आ। इहदे विच अज दे प्रोग्राम दे विच मेरे नाल ओह खास मेहमान ने जिन्हां नू वेख के महसूस हुंदा है कि जो आपां अपने पंजाब दी नौजवानी तों उम्मीद लाउणे आ, जदों पंजाब दी नौजवानी नू कहिंदे आ कि ओह पढ़े लिखे और पंजाब तों पंजाबी लोग दुनिया भर दे विच उच्च अहुदिआं ते पहुंचण और पंजाब दा नाम रोशन करे, और खास तौर ते जदों सिख कम्यूनिटी दे विच बेचैनी दी गल आउंदी आ तां ये चीज़ कही जाती है कि सिख नौजवानों नू बड़े अहुदिआं तक पहुंचने लिए अपनी मेहनत करनी चाहिए या हमला मारना चाहिए। सो एक जो मेरे नाल अज गैसट ने, मेरे प्रमुख गैसट ने, उन्हें सरदार पॉल सिंह सिद्धू, जो एक अपने आप ही इंस्पीरेशन सर्व करते हैं फॉर द सिख कम्यूनिटी एंड फॉर द पंजाबी कम्यूनिटी एज ए होल। पंजाब के पिंडा तो गए हुए सरदार पॉल सिंह सिद्धू वर्ल्ड बैंक के सीनियर एडवाइजर रह चुके ने, साल 2001 तो 12 तक एग्रीकल्चर के मुद्दे पर वड्डे सलाहकार रहे ने और बहुत वड्डे प्रोजेक्ट्स के विच अपना योगदान पाया, और यूपी वर्गे देश के विच, यूपी वर्गे सूबे के विच बहुत सारे लोगों नू गरीबी रेखा तो उपर चक्या है। इस तो अलावा होर भी बहुत वड्डिया अचीवमेंट्स ने पॉल सिंह सिद्धू सर दियां, पंजाब एग्रीकल्चर यूनिवर्सिटी के विच बहुत वड्डा योगदान पाया। अज उन्हां नू आपां प्रोग्राम च बेनती कीती सी आउण लई, अपने नाल शामिल ने। मैं सब तो पहला सर नू विच शामिल करदे होए धन्नवाद करदी हां। सिद्धू साहब तुहाडा बहुत धन्नवाद जी। ਸਤਿ ਸ਼੍ਰੀ ਅਕਾਲ ਮਨਵੀਰ ਜੀ ਅਤੇ ਸੋਸ਼ਲ ਪੋਸਟ ਦੇਖਣ ਵਾਲੇ ਸਾਰੇ ਵਿਊਰਸ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਤੁਹਾਡਾ ਬਹੁਤ ਥੈਂਕ ਯੂ, ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਤੁਹਾਡੇ ਨਾਲ ਆਪਦੇ ਜਿਹੜੇ ਥੋੜ੍ਹੇ ਘਣੇ ਵਿਚਾਰ ਸਾਂਝੇ ਕਰ ਸਕਾਂ। ਡਾਕਟਰ ਸਾਹਿਬ, ਅਸੀਂ ਮੈਂ ਗੱਲ ਕਹੀ ਕਿ ਜਦੋਂ ਆਪਾਂ ਪੰਜਾਬ ਦੀ ਨੌਜਵਾਨੀ ਨੂੰ ਦੇਖਦੇ ਹਾਂ ਤਾਂ ਅਕਸਰ ਸਾਨੂੰ ਮੋਟੀਵੇਟ ਕੀਤਾ ਜਾਂਦਾ ਰਿਹਾ, ਸਾਨੂੰ ਵੀ, ਮੈਨੂੰ ਵੀ, ਆਪਾਂ ਦੇਖਦੇ ਹਾਂ 1990 ਤੋਂ ਬਾਅਦ ਵਾਲੀ ਨੌਜਵਾਨੀ ਨੂੰ ਕਿ ਪੜ੍ਹੋ ਲਿਖੋ, ਵੱਡੇ ਅਹੁਦਿਆਂ 'ਤੇ ਪਹੁੰਚੋ, ਔਰ ਤੁਸੀਂ ਉਸ ਲੈਵਲ 'ਤੇ ਪਹੁੰਚੇ ਹੋ। ਮੈਂ ਤੁਹਾਡੇ ਤੋਂ ਜਿਹੜਾ ਪ੍ਰਮੁੱਖ ਸਵਾਲ ਸਭ ਤੋਂ ਪਹਿਲਾਂ ਹੀ ਲੈ ਕੇ ਆਉਣਾ ਚਾਹੁੰਦੀ ਹਾਂ ਕਿ ਤੁਸੀਂ ਇੱਕ ਤਾਂ ਪੰਜਾਬ ਦੇ ਵਿੱਚ ਰਹਿ ਕੇ ਵੀ ਪੰਜਾਬ ਦੀ ਬੇਚੈਨੀ ਨੂੰ ਦੇਖਿਆ ਸਰ, ਔਰ ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਬਰਡਸ ਵਿਊ ਹੈਗਾ, ਇੱਕ ਈਗਲ ਆਈ ਵਿਊ ਹੈਗਾ, ਤੁਸੀਂ ਵਿਦੇਸ਼ਾਂ ਦੇ ਵਿੱਚ ਰਹਿ ਕੇ ਆਪਣਾ ਕੰਮ ਕਰਦੇ ਹੋਏ ਵਰਲਡ ਬੈਂਕ ਦੇ ਨਾਲ ਜੁੜ ਕੇ, ਉਸ ਸਮੇਂ ਵੀ ਤੁਸੀਂ ਪੰਜਾਬ ਨੂੰ ਵੇਖਦੇ ਰਹੇ ਹੋ। ਤੁਸੀਂ ਪੰਜਾਬ ਦੀ ਬੇਚੈਨੀ ਦਾ ਪ੍ਰਮੁੱਖ ਕਾਰਨ, ਆਪਣਾ ਇੱਕ ਰੂਟ ਕੌਜ਼ ਜਿਹੜਾ ਇਸ ਬੇਚੈਨੀ ਦਾ ਆ, ਜਿਹੜੀ ਪੋਜ਼ਿਟਿਵ ਵੀ ਆ ਨੈਗੇਟਿਵ ਵੀ ਆ, ਪਰ ਜਦੋਂ ਇਹ ਗਲਤ ਦਿਸ਼ਾ 'ਚ ਜਾਂਦੀ ਆ ਤਾਂ ਇਹਦਾ ਫਿਰ ਨੈਗੇਟਿਵਿਟੀ ਜਿਹੜੀ ਆ ਬਹੁਤ ਸਾਨੂੰ ਨੁਕਸਾਨ ਕਰਦੀ ਆ, ਤੁਸੀਂ ਪ੍ਰਮੁੱਖ ਕਾਰਨ ਇਹਦਾ ਕੀ ਦੇਖਿਆ ਕਿ ਕਿਉਂ ਪੰਜਾਬ ਬੇਚੈਨ ਹੈ? ਮਨਵੀਰ ਜੀ, ਜਿਹੜੀ ਤੁਸੀਂ ਇਹ ਪੰਜਾਬ ਦੀ ਬੇਚੈਨੀ ਬਾਰੇ ਸੀਰੀਜ਼ ਸ਼ੁਰੂ ਕੀਤੀ ਹੈ, ਇਹ ਬਹੁਤ ਹੀ ਟਾਈਮਲੀ ਹੈ। ਅਤੇ ਮੈਥੋਂ ਜਿਹੜੇ ਪਹਿਲੇ ਵਿਦਵਾਨ ਇਸ 5 ਜਾਂ 6 ਬੋਲ ਚੁੱਕੇ ਆ, ਉਹਨਾਂ ਨੇ ਜਿਹੜੇ ਅੱਡ ਅੱਡ ਪਰਸਪੈਕਟਿਵ ਤੋਂ ਬੜਾ ਸੋਹਣਾ ਅਨੈਲਿਸਿਸ ਕੀਤਾ ਹੈ, ਰਿਲੀਜੀਅਸ ਐਂਗਲ ਤੋਂ, ਪੋਲੀਟੀਕਲ ਐਂਗਲ ਤੋਂ, ਇਕਨੋਮਿਕ ਐਂਗਲ ਤੋਂ। ਮੈਂ, ਮੇਰਾ ਜਿਹੜਾ ਐਕਸਪੀਰੀਅੰਸ ਹੈਗਾ, ਮੇਰਾ ਬਹੁਤ ਨੈਰੋ ਜਿਹਾ ਐਕਸਪੀਰੀਅੰਸ ਹੈ, ਕਿਉਂਕਿ ਮੈਂ ਆਪਦੀ ਸਾਰੀ ਜ਼ਿੰਦਗੀ ਜ਼ਿਆਦਾ ਐਗਰੀਕਲਚਰ ਅਤੇ ਰੂਰਲ ਡਿਵੈਲਪਮੈਂਟ 'ਚ ਕੰਮ ਕੀਤਾ ਹੈਗਾ। ਪਰ ਦੂਸਰੇ ਪਾਸੇ ਇਹ ਹੈ ਵੀ ਇੱਕ ਛੋਟੇ ਜਿਹੇ ਪਿੰਡ ਦੇ ਪਰਿਵਾਰ 'ਚੋਂ ਉੱਠ ਕੇ, ਪਿੰਡ ਮੈਂ ਪਹਿਲਾਂ ਘਰ 'ਚੋਂ ਸੀ ਜਿਹੜਾ ਸਕੂਲ ਗਿਆ ਸੀ, ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸਾਰੀਆਂ ਅਪਰਚੁਨਿਟੀਜ਼ ਮਿਲੀਆਂ। ਆਈ ਥਿੰਕ ਜਿਹੜੀ ਬੇਚੈਨੀ ਹੈ ਇਹ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਤਾਂ ਹੁੰਦੀ ਬੇਚੈਨੀ ਜਿਹੜੀ ਪੋਜ਼ਿਟਿਵ, ਦੂਜੀ ਹੁੰਦੀ ਬੇਚੈਨੀ ਜਿਹੜੀ ਨੈਗੇਟਿਵ। ਜਦੋਂ ਅਸੀਂ ਛੋਟੇ ਸੀਗੇ ਉਦੋਂ ਬੇਚੈਨੀ, ਹਾਲਾਂਕਿ ਉਦੋਂ ਰਿਸੋਰਸ ਇੰਨੇ ਨਹੀਂ ਸੀ ਜਿੰਨੇ ਹੁਣ ਹੈਗੇ, ਪਰ ਉਦੋਂ ਜਿਹੜੀ ਜ਼ਿਆਦਾ ਬੇਚੈਨੀ ਉਹ ਪੋਜ਼ਿਟਿਵ ਸੀਗੀ। ਉਦੋਂ ਇਹ ਸੀਗਾ ਵੀ ਪੜ੍ਹੀਏ, ਚੰਗੀ ਤਰ੍ਹਾਂ ਮਿਹਨਤ ਕਰੀਏ, ਕੁਛ ਨੌਕਰੀ ਮਿਲ ਜਾਏਗੀ, ਨਹੀਂ ਤਾਂ ਭੁੱਖੇ ਮਰ ਜਾਂਗੇ। ਪਰ ਐਟ ਦਾ ਸੇਮ ਟਾਈਮ ਦੂਜਾ ਇਹ ਸੀ ਵੀ ਜਿਹੜੇ ਮਿਹਨਤ ਕਰਦੇ ਸੀ ਉਹ, ਉਹਨਾਂ ਲਈ ਸਕਾਈ ਵਾਜ਼ ਦਾ ਲਿਮਿਟ, ਚਾਹੇ ਤੁਹਾਡੀ ਕੋਈ ਬਹੁਤੀ ਪਹੁੰਚ ਨਾ ਵੀ ਹੋਵੇ, ਤੁਸੀਂ ਯੋਰ ਮਿਹਨਤ ਅਤੇ ਤੁਹਾਡੀ ਹਾਰਡਸ਼ਿਪ ਬਹੁਤ ਅੱਗੇ ਤੁਹਾਨੂੰ ਲੈ ਜਾਂਦੀ ਸੀ। ਮੈਂ ਰਿਲੀਜੀਅਸ ਜਾਂ ਪੋਲੀਟੀਕਲ ਐਂਗਲ 'ਚ ਨਾ ਜਾਂਦਾ ਹੋਇਆ ਮੈਂ ਕਹਿੰਦਾ, ਜਿਹੜੀ ਅੱਜ ਬਹੁਤ ਵੱਡੀ ਬੇਚੈਨੀ ਦਾ ਕਾਰਨ ਇਹ ਹੈਗਾ ਕਿ ਜਿਹੜੀ ਯੂਥ ਹੈ ਉਹਨਾਂ ਨੂੰ ਅੱਗੇ ਫਿਊਚਰ ਨਹੀਂ ਦਿੰਦਾ ਵੀ ਜੇ ਪੜ੍ਹਾਂ। ਆਮ ਇੱਕ ਤਰ੍ਹਾਂ ਦਾ ਹੁੰਦਾ, ਜਿਸ ਤਰ੍ਹਾਂ ਸਾਡੇ ਵੇਲੇ ਬਹੁਤ ਆਪਟੀਮਿਜ਼ਮ ਸੀਗੀ, ਜਿਵੇਂ ਕਹਿੰਦੇ ਆਸ਼ਾਵਾਦੀ, ਹੁਣ ਜਿਹੜੀ ਹੈ ਉਹ ਇੱਕ ਤਰ੍ਹਾਂ ਦੀ ਨਾ ਜ਼ਿਆਦਾ, ਹਜੇ ਵੀ ਕੁਛ ਬਹੁਤ ਸਾਰੇ ਲੋਕ ਹੈਗੇ ਜਿਹੜੇ ਆਪਟੀਮਿਸਟਿਕ ਹੈਗੇ, ਪਰ ਜ਼ਿਆਦਾ ਲੋਕ ਹੈਗੇ ਜਿਹੜੇ ਪੈਸੀਮਿਜ਼ਮ ਹੈ, ਜਿਨ੍ਹਾਂ ਨੂੰ ਵੀ ਜੇ ਪੰਜਾਬ ਦਾ ਤਾਂ ਬੁਰਾ ਹਾਲ ਆ, ਇੱਥੇ ਕੁਛ ਠੀਕ ਨਹੀਂ ਹੋਣਾ, ਅਤੇ ਇੱਥੇ ਜੇ ਤੁਸੀਂ ਪੜ੍ਹ ਵੀ ਲਓ ਨੌਕਰੀ ਨਹੀਂ ਮਿਲਣੀ, ਜੇ ਨੌਕਰੀ ਮਿਲ ਗਈ ਤਾਂ ਉੱਥੇ ਤੁਹਾਨੂੰ ਸਿਫਾਰਿਸ਼ਾਂ ਲਾਉਣੀਆਂ ਪੈਣੀਆਂ, ਉਸ ਤੁਸੀਂ ਤਰੱਕੀ ਨਹੀਂ ਕਰ ਸਕਣੀ,
ਫਿਰ ਪੜ੍ਹਨ ਦਾ ਕੀ ਫਾਇਦਾ। ਇਸੇ ਤਰ੍ਹਾਂ ਹੀ ਜਿਵੇਂ ਕੋਈ ਕੋਈ ਫਾਰਮਰ ਹੁੰਦਾ, ਉਹਨੂੰ ਜੇ ਨਵਾਂ ਬੀਜ ਮਿਲਦਾ ਉਹਨੂੰ ਬੜੀ ਬੇਚੈਨੀ ਹੁੰਦੀ, ਮੈਂ ਵਧੀਆ ਬੀਜ ਲਾ ਕੇ ਵਧੀਆ ਫਸਲ ਪੈਦਾ ਕਰਾਂ, ਉਹ ਪੋਜ਼ਿਟਿਵ ਹੁੰਦੀ। ਪਰ ਜੇ ਫਾਰਮਰ ਨੂੰ ਹੋਵੇ ਵੀ ਮੇਰੇ ਤਾਂ ਮੈਂ ਮੇਰੇ ਕੋਲ ਥੋੜ੍ਹੀ ਜਿਹੀ ਜ਼ਮੀਨ ਹੈਗੀ, ਮੇਰਾ ਪੇਟ ਮਸਾਂ ਪਲਦਾ, ਮੇਰੇ ਬੱਚਿਆਂ ਦਾ ਕੋਈ ਸਕੋਪ ਨਹੀਂ, ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਣੀ, ਉਹਦੀ ਵੀ ਬੇਚੈਨੀ ਬਣ ਜਾਂਦੀ ਹੈ ਅਤੇ ਉਹਦੇ ਬੱਚਿਆਂ ਦੀ ਵੀ ਬੇਚੈਨੀ ਬਣ ਜਾਂਦੀ। ਇਸੇ ਤਰ੍ਹਾਂ ਜਿਹੜਾ ਵਪਾਰੀ ਹੈ, ਜਦੋਂ ਉਹਨੇ ਵਪਾਰ ਕਰਨਾ, ਉਹਨੂੰ ਵੀ ਲੱਗਦਾ ਹੈ ਕਿ ਇੱਥੇ ਤਾਂ ਹਰ ਸਟੈਪ 'ਤੇ ਮੈਨੂੰ ਮਤਲਬ ਮੇਰਾ ਕੰਮ ਨਹੀਂ ਹੁੰਦਾ, ਮੈਨੂੰ ਉੱਥੇ ਬਹੁਤ ਸਾਰਾ ਟਾਈਮ ਵੇਸਟ ਕਰਨਾ ਪੈਂਦਾ। ਅਤੇ ਇਹ ਅੱਜ ਕੱਲ੍ਹ ਇਹੀ ਨਹੀਂ ਵੀ ਜਿਹੜਾ ਫਾਰਮਰ, ਹੀ ਡਜ਼ ਨਾਟ ਵਾਂਟ ਹਿਸ ਸਨ ਟੂ ਬੀ ਫਾਰਮਰ, ਜਿਹੜਾ ਇੱਕ ਵਪਾਰੀ ਹੈ ਉਹ ਨਹੀਂ ਚਾਹੁੰਦਾ ਕਿ ਮੇਰਾ ਬੇਟਾ ਵਪਾਰ 'ਚ ਪਵੇ, ਕਿਉਂਕਿ ਉੱਥੇ ਉਹਨੂੰ ਮੁਸ਼ਕਲਾਂ ਆ ਰਹੀਆਂ। ਇਸੇ ਤਰ੍ਹਾਂ ਜਿਹੜਾ ਇੰਡਸਟਰੀਅਲਿਸਟ ਹੈਗਾ, ਉਹਨੂੰ ਵੀ ਹੈਗਾ ਵੀ ਕੋਈ ਜਿਹੜੀ ਇੰਡਸਟਰੀ ਦੇ ਵਿੱਚ ਵੀ ਜਿਹੜੇ ਜਿੰਨਾ ਸਾਨੂੰ ਫਾਇਦਾ ਹੋਣਾ ਚਾਹੀਦਾ ਉਹ ਨਹੀਂ, ਰਿਸਟ੍ਰਿਕਸ਼ਨ ਬਹੁਤ ਹੈਗੀਆਂ, ਜੇ ਤੁਸੀਂ ਕਲੀਨ ਕੰਮ ਕਰਨਾ ਚਾਹੀਏ ਉਹ ਨਹੀਂ ਕਰ ਸਕਦੇ। ਸੋ ਇਸ ਕਰਕੇ ਜਿਹੜਾ ਬੇਚੈਨੀ ਦਾ ਇੱਕ ਤਰ੍ਹਾਂ ਦਾ ਨਾ ਵੀ, ਇੱਕ ਤਾਂ ਜਿਹੜਾ ਗੌਰਮੈਂਟ ਸਿਸਟਮ ਹੈ ਜਿਹੜੀਆਂ ਇਹਨੇ ਪਬਲਿਕ ਸਰਵਿਸਿਜ ਪ੍ਰੋਵਾਈਡ ਕਰਨੀਆਂ ਉਹ ਨਹੀਂ ਠੀਕ ਪ੍ਰੋਵਾਈਡ ਕਰ ਰਿਹਾ, ਦੂਜੇ ਪਾਸੇ ਲੋਕ ਕਰਪਸ਼ਨ ਤੋਂ ਬੜੇ ਮਯੂਸ ਹੈਗੇ, ਤੀਸਰੇ ਪਾਸੇ ਜਿਹੜਾ ਚਾਰ ਸਫੇਰੇ ਪੋਲਿਊਸ਼ਨ ਹੋਇਆ ਹੈਗਾ ਉਸ ਤੋਂ ਸਿਹਤ ਵੱਲੋਂ ਲੋਕ ਬਹੁਤੇ ਖੁਸ਼ ਨਹੀਂ ਹੈਗੇ ਕਿ ਮੈਨੂੰ, ਉਸ ਤੋਂ ਵੀ ਵੱਡਾ ਜਿਹੜਾ ਹੈਗਾ ਜਿਹੜੀ ਨਾ ਇੱਕ ਆਸਾ ਦੀ ਕਿਰਨ ਹੁੰਦੀ ਉਹ ਨਹੀਂ ਲੋਕਾਂ ਨੂੰ ਦਿਖ ਰਹੀ। ਆਈ ਥਿੰਕ ਇਸ ਲਈ ਬਹੁਤ ਵੱਡਾ ਚੈਲੇਂਜ ਹੈ ਵੀ ਅਸੀਂ ਕਿਸ ਤਰ੍ਹਾਂ ਪਰਟੀਕੁਲਰਲੀ ਯੂਥ ਨੂੰ ਠੀਕ ਰਾਹ 'ਤੇ ਲਿਆਈਏ, ਐਂਡ ਜਿਹੜਾ ਉਹਦੇ 'ਚ ਜਿਹੜੀਆਂ ਰਿਲੀਜੀਅਸ ਇਸ਼ੂਜ਼, ਪੋਲੀਟੀਕਲ ਇਸ਼ੂਜ਼, ਉਹ ਅੱਗੇ ਮੈਥੋਂ ਪਹਿਲਾਂ ਵਾਲੇ ਮਹਾਰਾ ਨੇ ਬਹੁਤ ਸੋਹਣੀਆਂ ਕੀਤੀਆਂ, ਡਿਸਕਸ ਕੀਤੀਆਂ। ਮੈਂ ਜ਼ਿਆਦਾ ਫੋਕਸ ਕਰੂੰਗਾ ਬ੍ਰੈਡ ਐਂਡ ਬਟਰ ਇਸ਼ੂਜ਼ 'ਤੇ, ਜਿਹੜੀ ਹੈ ਕਿ ਪੜ੍ਹਾਈ ਚੰਗੀ ਹੋਣੀ ਚਾਹੀਦੀ ਹੈ, ਨੌਕਰੀ ਮਿਲਣੀ ਚਾਹੀਦੀ ਹੈ, ਫਿਰ ਤੁਹਾਨੂੰ ਕਲੀਨ ਤੁਸੀਂ ਆਪਦੀ ਨੌਕਰੀ ਕਰ ਸਕੋ, ਜੇ ਤੁਸੀਂ ਆਪਦੀ ਖੇਤੀ ਕਰਨੀ ਹੈ ਉਹਦੀ ਚੰਗੀ ਕਰ ਸਕੋ, ਜੇ ਆਪਦਾ ਕੋਈ ਵਪਾਰ ਕਰਨਾ ਉਹਨੂੰ ਚੰਗੇ ਤਰੀਕੇ ਨਾਲ ਵਪਾਰ ਕਰ ਸਕੋ, ਜੇ ਕੋਈ ਛੋਟਾ ਇੰਡਸਟਰੀਅਲ ਯੂਨਿਟ ਲਾਉਣਾ ਉਹਨੂੰ ਕਿਵੇਂ ਰਨ ਕਰੋ। ਆਈ ਥਿੰਕ ਦੋ ਥਿੰਗਸ ਆਰ ਵੈਰੀ ਇੰਪੋਰਟੈਂਟ। ਅਤੇ ਜੇ ਅਸੀਂ ਦੇਖੀਏ ਤਕਰੀਬਨ ਪੰਜਾਬ ਦੇ ਵਿੱਚ ਹਰ ਸਟੇਜ 'ਤੇ ਹੀ ਕਿਸੇ ਨਾ ਕਿਸੇ ਤਰ੍ਹਾਂ ਦੀ ਬੇਚੈਨੀ ਰਹੀ ਹੈਗੀ, ਪਰ ਕਿਸੇ ਵੇਲੇ ਬੇਚੈਨੀ ਬਹੁਤ ਪੋਜ਼ਿਟਿਵ ਸੀ, ਬਹੁਤ ਇਨੀਸ਼ੀਏਟਿਵ ਸੀ, ਸਿਸਟਮ ਚੰਗਾ ਸੀ, ਉਦੋਂ ਲੋਕਾਂ ਨੂੰ ਇੱਕ ਤਰ੍ਹਾਂ ਦੀ ਜਿਸ ਤਰ੍ਹਾਂ ਹੁੰਦੀ ਨਾ ਬਹੁਤ ਆਪਟੀਮਿਜ਼ਮ ਸੀ। ਹੁਣ ਉਹ ਹੁਣ ਜ਼ਿਆਦਾ ਪੈਸੀਮਿਜ਼ਮ ਵਾਲੇ, ਜਾਂ ਜਿਹਨੂੰ ਮੈਂ ਕਹਾਂ ਹਾਲਾਂਕਿ ਤੇ ਸਟਰੋਂਗ ਵਰਡ, ਲੋਕਾਂ ਦਾ ਜ਼ਿਆਦਾ ਉਦਾਸੀਨਤਾ ਵੱਲ ਹੈਗੀ ਬੇਚੈਨੀ ਵੀ ਇਹ ਸਿਸਟਮ ਬਹੁਤ ਖਰਾਬ ਹੋ ਗਿਆ। ਮੈਂ ਥੋੜ੍ਹੇ ਜਿਹੇ ਤੁਹਾਨੂੰ ਹਿਸਟਰੀ ਦੱਸਾਂ ਪੰਜਾਬ ਦੀ। ਮੈਂ ਤੁਹਾਡੇ ਵੱਲ ਇੱਕ ਸਵਾਲ ਤੁਹਾਡੇ ਲਈ ਰੱਖਿਆ ਵੀ ਹੈ ਪਾਲ ਸਿੰਘ ਸਿੱਧੂ ਸਰ, ਜੇ ਤੁਸੀਂ ਮੇਰੇ ਸਵਾਲ ਨੂੰ ਵੀ ਨਾਲ ਲੈ ਕੇ ਇਸ ਇਤਿਹਾਸ ਨੂੰ ਦੱਸੋ ਤਾਂ ਇੱਕ ਥੋੜੀ ਵਧੀਆ ਆਡੀਅੰਸ ਨੂੰ ਸਮਝ ਆਏਗੀ ਚੀਜ਼। ਸਰ, ਸਭ ਤੋਂ ਵੱਡਾ ਰਿਫਿਊਜੀ ਕ੍ਰਾਈਸਿਸ ਸੀਗਾ ਆਪਣੇ ਪੰਜਾਬ ਵੰਡਿਆ ਗਿਆ, ਉਸ ਤੋਂ ਬਾਅਦ ਪੰਜਾਬ ਇੱਕ ਉਸ ਉਚਾਈਆਂ ਨੂੰ ਛੋ ਗਿਆ ਜਦੋਂ ਨੰਬਰ 1 ਸੂਬਾ ਭਾਰਤ ਦੇ ਵਿੱਚ ਬਣ ਗਿਆ, ਉਸ ਤੋਂ ਬਾਅਦ ਫਿਰ ਉਹ ਗ੍ਰਾਫ ਜਿਹੜਾ ਉਹ ਡਿਕਲਾਈਨ ਹੁੰਦਾ ਹੈ, ਔਰ ਅੱਜ ਅਸੀਂ ਇੱਕ ਕਰਜ਼ੇ ਦੇ ਜਾਲ ਦੇ ਵਿੱਚ ਫਸਿਆ ਹੋਇਆ ਸੂਬਾ ਆ। ਜਦੋਂ ਤੁਸੀਂ ਨੌਜਵਾਨੀ ਦੀ ਗੱਲ ਕੀਤੀ ਬਹੁਤ ਖੂਬ ਕੀਤੀ ਕਿ ਇਹ ਜਿਹੜੀ ਡੈਸਪੋਡੈਂਸੀ ਦੀ ਭਾਵਨਾ ਇਹਦੇ ਵਿੱਚੋਂ ਨਿਕਲੀ ਹੈ, ਕਿਉਂਕਿ ਰੁਜ਼ਗਾਰ ਨਹੀਂ ਹੈ, ਕਾਲਜਸ ਦੇ ਵਿੱਚ ਜਾਂਦੇ ਨੇ ਉੱਥੇ ਬੈਟਰ ਐਜੂਕੇਸ਼ਨ ਨਹੀਂ ਹੈਗੀ, ਲੈਬਸ ਨਹੀਂ ਚੱਲਦੀਆਂ, ਕੋਈ ਪ੍ਰੈਕਟੀਕਲ ਨਹੀਂ ਦਿੱਤਾ ਜਾਂਦਾ, ਸਿਰਫ ਇਗਜ਼ਾਮ ਦੇ ਕੇ ਡਿਗਰੀਆਂ ਵੰਡੀਆਂ ਜਾ ਰਹੀਆਂ ਨੇ, ਸਕਿੱਲ ਜਿਹੜੀ ਉਹਦੀ ਘੱਟ ਹੈ। ਇਹ ਕੀ ਪੰਜਾਬ ਦਾ ਇਹ ਗ੍ਰਾਫ ਚਾਰਟ ਜਿਹੜਾ ਬਿਲਕੁਲ ਪੀਕ 'ਤੇ ਜਾਂਦਾ ਔਰ ਫਿਰ ਇੱਕਦਮ ਮੁੱਦੇ ਮੂੰਹ ਨੀਚੇ ਗਿਰਦਾ ਔਰ ਕਰਜ਼ੇ ਦੇ ਜਾਲ 'ਚ ਫਸਦਾ, ਇਸ ਨੂੰ ਵੀ ਪਲੀਜ਼ ਨਾਲ ਜੋੜ ਕੇ ਦੇਖਿਓ ਸਰ। ਮਨਵੀਰ ਜੀ, ਬਹੁਤ ਬਹੁਤ ਤੁਹਾਡਾ ਬਹੁਤ ਸੋਹਣਾ ਸਵਾਲ ਹੈਗਾ। ਮੈਂ ਇਸ ਸਵਾਲ ਦਾ ਜਵਾਬ ਹੋਰ ਵੀ ਲੰਮੇ ਟਾਈਮ ਤੋਂ ਸ਼ੁਰੂ ਕਰੂੰਗਾ। ਮੈਂ 1947 ਤੋਂ ਵੀ, ਮੈਂ ਤਕਰੀਬਨ 70 ਸਾਲ ਪਹਿਲਾਂ ਜਿਹੜੀ ਪ੍ਰੋਬਲਮ ਜਿੱਥੋਂ ਸ਼ੁਰੂ ਹੋਈ, ਕਿਵੇਂ ਉਹ ਪ੍ਰੋਬਲਮ ਟੈਕਲ ਹੋਈ, ਮੈਂ ਉੱਥੋਂ ਸ਼ੁਰੂ ਕਰੂੰ। ਮਾਈਕ ਇਜ਼ ਆਲ ਯੂਅਰਸ। ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਪੰਜਾਬ ਬਹੁਤ ਵੱਡਾ ਹੁੰਦਾ ਸੀ। ਇੱਕ ਤਾਂ ਵੈਸਟ ਪੰਜਾਬ ਜਿਹੜਾ ਪਾਕਿਸਤਾਨ 'ਚ ਰਹਿ ਗਿਆ, ਅਤੇ ਦੂਸਰਾ ਈਸਟ ਪੰਜਾਬ ਜਿਹਦੇ 'ਚ ਹੁਣ ਪੰਜਾਬ, ਅਤੇ ਦੂਸਰਾ ਹੈ ਹਿਮਾਚਲ ਪ੍ਰਦੇਸ਼, ਅਤੇ ਤੀਸਰਾ ਹਰਿਆਣਾ ਬਣਿਆ। ਇੱਕ 1876 ਤੋਂ 1877 'ਚ ਬਹੁਤ ਹੀ ਸਵੀਅਰ ਕਾਲ ਪਿਆ, ਫੈਮਨ। ਇਟ ਵਾਜ਼ ਅ ਵਾਟਰ ਫੈਮਨ, ਇਟ ਵਾਜ਼ ਏ ਫੂਡ ਫੈਮਨ, ਐਂਡ ਇਟ ਵਾਜ਼ ਏ ਫੋਡਰ ਫੈਮਨ। ਉਹ 'ਚ ਤਕਰੀਬਨ ਪੰਜਾਬ ਦੀ 7% ਪਾਪੂਲੇਸ਼ਨ ਘੱਟ ਗਈ ਸੀਗੀ, ਅਤੇ ਫਸਲ ਬਿਲਕੁਲ ਨਹੀਂ ਹੋਈ ਸੀ। ਜਿਹੜੇ ਜਾਨਵਰ ਸੀ ਜਿਵੇਂ ਮੱਝਾਂ ਗਾਵਾਂ ਦੁੱਧ ਪੀਣ ਲਈ, ਜਾਂ ਬਲਦ ਸੀ ਊਠ ਸੀ ਖੇਤੀ ਲਈ, ਉਹ ਮਰ ਗਏ ਸੀ। ਉਦੋਂ ਇੱਕ ਅੰਗਰੇਜ਼ਾਂ ਨੇ ਕਮਿਸ਼ਨ ਬਣਾਇਆ, ਫੈਮਨ ਕਮਿਸ਼ਨ, ਐਂਡ ਉਹ ਕਮਿਸ਼ਨ ਨੇ ਪੰਜਾਬ ਦੀਆਂ 3 ਪ੍ਰੋਬਲਮ ਆਇਡੈਂਟੀਫਾਈ ਕੀਤੀਆਂ। ਇੱਕ ਤਾਂ ਇਹ ਸੀ ਵੀ ਜਿਹੜਾ ਸੈਂਟਰਲ ਪੰਜਾਬ ਆ, ਜਿਹੜਾ ਹੁਣ ਵਾਲਾ ਪੰਜਾਬ ਆ, ਉੱਥੇ ਜਿਹੜੀ
खेती दे पैदावार बहुत घट हुंदी है, कारण है कि पानी नहीं लोगों को। दूसरा सी कि खेती लोगों को जमीन घट है, इस करके जमीन से प्रेशर बहुत ज़्यादा है। तीसरा सी फार्मर का जिहड़े हैगे जां आम जनता कर्जे थले डुबी हुई है, उहदे उहदे उन्होंने तीन चीज़ां उस वेले कीतियां फैमन कमीशन की रिकमेंडेशन से। एक तो सी भी उन्होंने जिहड़ा वैसट पंजाब सी उत्थे जमीन भी चंगी सी, उत्थे जिहड़े सेंट्रल पंजाब सी जिहड़ा हुण वाला पंजाब है इत्थों दे चंगे फार्मर सी तकरीबन 10 लाख उत्थे उन्होंने सैटल किया, उत्थे कनाल कॉलोनीज बनाईआं। इस तरह ही एक लोन की स्कीम शुरू की जिन्हों तकावी लोन कहिंदे सी, सरकार दे खाते चों आउंदे सी लोन, सरकार नूं वापस करने पैंदे। ते तीजा उन्होंने ये किया बई जिहड़ा अपना आर्मी दे विच पंजाबियों की खासकर सिखां की रिक्रूटमेंट बहुत की, जिहड़े लोग पाकिस्तान च गए उन्होंने बहुत मेहनत की, तो उत्थे तकरीबन उन्होंने 10 लाख फैमिली सी जिहड़ियां नूं 1947 दे विच खाली हत्थ इत्थे वापस आना पिया, जिहड़ियां दो जां तीन जनरेशनां ने मेहनत करके उत्थे इन्नी प्रोग्रेस की सी वो एग्रीकल्चर दे विच। नाल दी नाल उत्थे इंडस्ट्री भी सी, खासकर जिहड़ी शूगर इंडस्ट्री ते कॉटन इंडस्ट्री सी, वो सारे लोग एम्प्टी हैंडड पंजाब च आए। तकरीबन 5 लाख बहुत ही कीमती ह्यूमन लाइफ, मतलब उन्हां दी डैथ हो गई, तकरीबन 50 लाख लोग घर छड के आए। सो उस वेले जिहड़ा पंजाब सी वह ईवन फूड डेफिसिट सी, पर फिर भी जिहड़ी उस वेले दी पोलिटिकल लीडरशिप ते उस वेले दी जिहड़ी उन्हें सपोर्ट करन वाली ब्यूरोक्रेसी सी, उन्होंने बहुत ही शलाघाजोग काम किया। तकरीबन 4-5 साल दे विच जिहड़े सारे रिफ्यूजी सी उन्हां नूं सैटल किया, उन्हां नूं घर दित्ते, उन्हां नूं खाना पहलां दा फूड दित्ती, फिर हौली हौली उन्हां नूं काम भी दित्ता। दूसरा यह होया भी जिहड़े उत्थे जमीन छड के आए सी वह तकरीबन 27 लाख हैक्टेयर जमीन छड के आए सी, ते उहदे च तकरीबन 60-65% जिहड़ी इरीगेटड जमीन सी, वह जो इधर आए तो वो उन्होंने सिर्फ इतने 19 लाख हैक्टेयर जमीन मिली, तो वो जो सिर्फ 23% जी इरीगेटड सी। पर उस वेले की सरकार ने बड़े ओपन ट्रांसपेरेंट तरीके 25-95% कट ला के सारे लोगों जिनी उन्होंने जमीन बनती सी दिती, वह इन्ना वधिया तरीके सैटल किया, कोई शिकायत नहीं आई, तो आराम दे नाल लोग सैटल हो गए। फिर उन्होंने मेहनत करनी शुरू कर दिती, उसका यह नतीजा है भी तकरीबन 1955-56 तक ही असी तकरीबन 5-7 साल तो जिस तरह प्रोफेसर सुचा सिंह ने दसाए तकरीबन 56-57 तक पंजाब फिर काफ़ी उपर उभरना लग गया। सो उदे उस वेले फिर आई थिंक पंजाब दे मैं कहना 2 इलेक्शन हुई जिन्होंने पंजाब जिन्हों कहते हैं वाटरशेड हों भी वो एक तरह का डिवाइडिंग लाइन होनी भी इधर जाना कि इधर जाना। जिहड़ी 1957 दे इलेक्शन हुई असैम्बली की प्रताप सिंह कैरों की लीडरशिप थले, वो अमरीका जो पढ़े से उन्होंने इतने इंडस्ट्रीज भी काम किया, फार्मा से भी काम किया, उन्होंने विजन से उसने पंजाब नूं एक बहुत ही सोहनी ट्रैजेक्टरी दे पाता भी पंजाब नूं किवें उपर लैके जाना। पहला उस तो पहला डिवेलपमेंट कमिश्नर सीगे, उदों उन्होंने जिहड़े रिफ्यूजीज नूं सैटल किया, फिर जिहड़ा 1956 तो लैके 1964 तक का टाइम सी, तो उस तो बाद फिर लक्ष्मण सिंह गिल चाहे 8-9 महीनों रही चीफ मिनिस्टर रहे, उन्होंने भी 8-9 महीनों बहुत वधिया काम किया। सोच यह होया भी जिहड़े सी जिवें जमीन की कंसोलीडेशन मरबेबंदी की, इस तरह ही भाखड़ा डैम बनया, एग्रीकल्चर यूनिवर्सिटी बनी, होर बहुत सारिया ऑर्गेनाइजेशन जिवें पंजाब स्टेट इंडस्ट्रियल डिवेलपमेंट कारपोरेशन बनी, उहदे नाल नाले तां एग्रीकल्चर ही डिवेलपमेंट नाले इंडस्ट्री डिवेलपमेंट ते बहुत जोर दिता गया। तो बहुत सारे लोग हुण कह देंदे आ भी पंजाब नूं फेवर किया गया उदों ग्रीन रेवोल्यूशन लई, एक्चुअली फेवर नहीं किया गया, भारत सरकार की उस वेले बहुत वड्डी समस्या सी कि असी वी आर लिविंग शिप टू माउथ, नॉर्मली तो कहिंदे ना हैंड टू माउथ, पर वो हैंड टू माउथ नहीं सी, शिप टू माउथ सी। जो शिप तो आउंदा सी 500 तो ज़्यादा शिप आए एक साल के 1960 जिन्हें PL 480 का ग्रेन आया, वो उदे ही फार्मर नूं भेजा उत्थे गरीब भुखे लोगों दिता जाता है। पर पंजाब ने 5-6 सारिया स्टेटा ने एको जी सपोर्ट दी भी तुसी फूड प्रोडक्शन बताओ, बोथ पैडी राइस एंड वीट, सिर्फ पंजाब से जिन्हें उस वे रिजल्ट डिलीवर किए, ताही क्योंकि भारत सरकार की समस्या बहुत वड्डी सी, पंजाब ने रिजल्ट डिलीवर किए, क्यों डिलीवर किए, साडा उदों नूं सिस्टम बहुत सोहना बन गया सी,
ਜ਼ਮੀਨਾਂ ਵਧੀਆ ਕੰਸੋਲੀਡੇਸ਼ਨ ਹੋ ਗਈ, ਸਾਡਾ ਇਰੀਗੇਸ਼ਨ ਸਿਸਟਮ ਹੋ ਗਿਆ ਸੀ, ਭਾਖੜਾ ਡੈਮ ਬਣ ਗਿਆ ਸੀ, ਫਲੱਡ ਆਉਣੇ ਬੰਦ ਹੋ ਗਏ ਸੀ, ਅਤੇ ਉਹਦੇ ਨਾਲ ਸਾਨੂੰ ਫਿਰ ਅਸੀਂ ਉਸ ਦਾ ਫਾਇਦਾ ਉਠਾਇਆ, ਜਿਵੇਂ ਕਹਿੰਦੇ ਨੇ ਵੀ ਕਾਟ ਦਾ ਅਪਰਚੁਨਿਟੀ ਬਾਈ ਦਾ ਹੋਰਨਸ, ਅਸੀਂ ਉਹਦੇ ਨਾਲ ਬਹੁਤ ਪ੍ਰੋਗਰੈਸ ਕੀਤੀ। ਅਸੀਂ ਜਿਹੜਾ ਪੰਜਾਬ 1947 'ਚ ਫੂਡ ਡੈਫੀਸਿਟ ਸੀ, ਉਹ ਭਾਰਤ ਦੀ ਬ੍ਰੈਡ ਬਾਸਕਟ ਬਣ ਗਿਆ, ਅਤੇ ਝੋਨਾ ਉਸ ਵੇਲੇ ਸਾਡਾ ਹੁੰਦਾ ਨਹੀਂ, ਮੁੜ ਕੇ ਅਸੀਂ ਝੋਨਾ ਵੀ ਬਹੁਤ ਕੰਟਰੀਬਿਊਟ ਕਰ ਲਵਾਂਗੇ। ਇਸੇ ਤਰ੍ਹਾਂ ਹੀ ਇੰਡਸਟਰੀ ਦੇ ਵਿੱਚ, ਇੰਡਸਟਰੀ 'ਚ ਵੀ ਬਹੁਤ ਸੋਹਣੀ ਡਿਵੈਲਪਮੈਂਟ ਹੋਈ। ਉਸ ਵੇਲੇ ਜਦੋਂ ਪੰਜਾਬ ਇਕੱਠਾ ਸੀ, ਜਿਹੜੀ ਛੋਟੀ ਇੰਡਸਟਰੀ, ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼, ਉਹ ਜ਼ਿਆਦਾ ਇੱਕ ਮੇਜਰ ਸਟੇਟ ਬਣੀ ਲੁਧਿਆਣੇ, ਉੱਥੇ ਡਿਵੈਲਪ ਹੋਏ। ਜਿਹੜੀ ਮੀਡੀਅਮ ਟੂ ਲਾਰਜ ਸੀ, ਉਹ ਫਰੀਦਾਬਾਦ ਬਣੀ, ਜਿਹੜੀ ਬਾਅਦ 'ਚ ਹਰਿਆਣੇ 'ਚ ਚਲੀ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ, ਸੋ ਲੁਧਿਆਣਾ ਬਕੇਮ ਇੰਡਸਟਰੀਅਲ ਹੱਬ ਆਫ ਪੰਜਾਬ, ਉੱਥੇ ਸਾਈਕਲ, ਹੌਜਰੀ, ਆਟੋ ਪਾਰਟਸ ਬਹੁਤ ਬਣੇ, ਲੋਕਾਂ ਨੂੰ ਬਹੁਤ ਹੀ ਇੰਪਲੋਇਮੈਂਟ ਮਿਲੀ। ਇਸੇ ਤਰ੍ਹਾਂ ਹੀ ਜਲੰਧਰ ਦੇ ਵਿੱਚ ਸਪੋਰਟਸ ਗੁੱਡਸ ਅਤੇ ਲੈਦਰ ਦੀ ਇੰਡਸਟਰੀ ਬਣੀ, ਅੰਮ੍ਰਿਤਸਰ ਦੇ ਵਿੱਚ ਟੈਕਸਟਾਈਲਸ, ਕਾਰਪੇਟਸ, ਐਂਡ ਦੈਨ ਇਟ ਬਿਕੇਮ ਫੇਮਸ ਫਾਰ ਈਟਿੰਗ ਪਲੇਸਿਸ। ਇਸੇ ਤਰ੍ਹਾਂ ਫਗਵਾੜਾ, ਬਟਾਲਾ, ਮੋਗਾ, ਇੱਥੇ ਇੰਡਸਟਰੀਜ ਛੋਟੀਆਂ ਸਟੇਟਸ ਬਣੀਆਂ। ਉਸ ਤੋਂ ਬਾਅਦ ਫਿਰ ਭਾਦਸੋਂ ਬੜੀ ਸੋਹਣੀ ਐਗਰੋ, ਜਿਹੜੇ ਆਪਣੇ ਐਗਰੀਕਲਚਰਲ ਇੰਪਲੀਮੈਂਟਸ ਦੀ ਬਹੁਤ ਸੋਹਣੀ ਬਣੀ। ਸੋ ਇਹ ਹੋ ਗਿਆ ਇੰਡਸਟਰੀ ਸਾਈਡ 'ਤੇ। ਦੂਸਰਾ ਹੋਇਆ ਵੀ ਕਿਉਂਕਿ ਇੰਪਲੋਇਮੈਂਟ ਸ਼ਹਿਰਾਂ 'ਚ ਸੀ, ਪਿੰਡਾਂ 'ਚੋਂ ਮਾਈਗ੍ਰੇਸ਼ਨ ਖਾਸ ਕਰ ਲੇਬਰ ਦੀ ਆਉਣੀ ਸ਼ੁਰੂ ਹੋ ਗਈ ਸ਼ਹਿਰਾਂ ਵੱਲ। ਸੋ ਸ਼ਹਿਰਾਂ ਦੇ ਵਿੱਚ ਜਿਹੜੀਆਂ ਅਰਬਨ ਸਟੇਟਸ ਡਿਵੈਲਪ ਹੋਈਆਂ, ਇੰਪਰੂਵਮੈਂਟ ਟਰੱਸਟ ਬਣੀਆਂ, ਉੱਥੇ ਤਕਰੀਬਨ ਰੀਜ਼ਨੇਬਲੀ ਗੁੱਡ ਕੰਡੀਸ਼ਨ ਸੀਗੀਆਂ, ਤੁਹਾਡੇ ਸੜਕਾਂ ਬਣੀਆਂ ਹੋਈਆਂ ਸੀ, ਪਾਣੀ, ਵਾਟਰ ਦੀ ਸਪਲਾਈ ਸੀ, ਸੀਵਰੇਜ ਸੀ। ਸੋ ਲੋਕਾਂ ਨੇ ਉੱਥੇ ਘਰ ਬਣਾਉਣੇ ਸ਼ੁਰੂ ਕਰਤੇ, ਲੋਕ ਆਰਾਮ ਨਾਲ ਰਹਿਣੇ ਸ਼ੁਰੂ। ਸੋ ਰਿਜ਼ਲਟ ਇਹਦਾ ਇਹ ਹੋਇਆ ਵੀ 1980 ਤੱਕ ਪੰਜਾਬ ਐਗਰੀਕਲਚਰ ਦਾ ਨੰਬਰ 1 ਸੀ, ਈਵਨ ਇੰਡਸਟਰੀ ਦੇ ਵਿੱਚ ਵੀ ਆਫਟਰ ਮਹਾਰਾਸ਼ਟਰਾ ਨੰਬਰ 2 'ਤੇ ਸੀ। ਹਾਲਾਂਕਿ ਸਾਡੇ ਕੋਲ ਬਹੁਤ ਹੀ ਵੱਡੀ ਇੰਡਸਟਰੀ ਨਹੀਂ ਸੀ, ਸਾਡੇ ਕੋਲ ਜ਼ਿਆਦਾ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ ਸੀਗੇ, ਪਰ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇੰਪਲੋਇਮੈਂਟ ਮਿਲੀ। ਅੱਛਾ, ਦੂਸਰਾ ਇਹ ਹੋਇਆ ਵੀ ਜਿਹੜਾ ਸਕੂਲ ਸਿਸਟਮ ਸੀ ਜਾਂ ਯੂਨੀਵਰਸਿਟੀ ਸਿਸਟਮ ਸੀ, ਉਹ ਬਹੁਤ ਇੰਪਰੂਵ ਹੋਇਆ। ਮਤਲਬ ਤੁਸੀਂ ਮੰਨੋਗੇ ਨਹੀਂ, ਜਦੋਂ ਅਸੀਂ ਸਕੂਲ ਜਾਂਦੇ, ਸਾਡੀ ਜਨਰੇਸ਼ਨ, ਜਿਸ ਤਰ੍ਹਾਂ ਆਪਾਂ ਅਮਰੀਕਾ ਜਾਂ ਵੈਸਟ 'ਚ ਕਹਿ ਦਿੰਦੇ ਬੇਬੀ ਬੂਮਰ ਜਨਰੇਸ਼ਨ, ਜਿਹੜੇ 1946 ਤੋਂ 1964 ਤੱਕ ਪੈਦਾ ਹੋਏ ਸੈਕਿੰਡ ਵਰਲਡ ਵਾਰ, ਮੈਂ ਕਹੂੰ ਜਿਹੜੀ ਸਾਡੀ ਜਨਰੇਸ਼ਨ ਹੈ, ਆਲ ਕਾਲ ਇਟ ਇੰਡੀਪੈਂਡੈਂਟ ਜਨਰੇਸ਼ਨ, ਜਿਹੜੇ 1945 ਤੋਂ ਲੈ ਕੇ 1965 ਤੱਕ ਜਿਹੜੇ ਜਾਣ, ਅਸੀਂ ਬਹੁਤ ਸਾਰੇ ਪਿੰਡਾਂ ਦੇ ਸਕੂਲਾਂ 'ਚ ਗਏ। ਉਹਨਾਂ ਸਕੂਲਾਂ 'ਚ ਉਦੋਂ ਕਲਾਸਰੂਮ ਵੀ ਨਹੀਂ ਹੁੰਦੇ ਸੀ, ਪਰ ਟੀਚਰ ਬਹੁਤ ਡੈਡੀਕੇਟਡ ਸੀ। ਸਾਡਾ ਕਲਾਸਰੂਮ ਰੂਮ ਹੁੰਦਾ ਸੀ 1 ਜਾਂ 2, ਉਹਦੇ ਥੱਲੇ ਬਹਿ ਕੇ ਅਸੀਂ ਪੜ੍ਹਦੇ ਸੀ, ਪਰ ਉਹ ਟੀਚਰ ਪੜ੍ਹਾਉਂਦੇ ਸੀ। ਜਦੋਂ ਮੀਂਹ ਪੈਣ ਲੱਗ ਜਾਂਦਾ ਸੀ, ਸਾਨੂੰ ਛੁੱਟੀ ਹੋ ਜਾਂਦੀ ਸੀ। ਡਿਸਪਾਈਟ ਦਿਸ, ਜਿਹੜੇ ਐਜੂਕੇਸ਼ਨ ਦੇ ਫੰਡਾਮੈਂਟਲ ਸੀ, ਉਹ ਇੰਨੇ ਸਟਰੋਂਗ ਸੀ, ਮੁੜ ਕੇ ਅਸੀਂ ਯੂਨੀਵਰਸਿਟੀਆਂ 'ਚ ਆਏ, ਬਾਹਰਲੇ ਮੁਲਕਾਂ 'ਚ ਪੜ੍ਹਨ ਗਏ, ਅਸੀਂ ਸਾਨੂੰ ਕਦੇ ਵੀ ਨਹੀਂ ਲੱਗਿਆ ਵੀ ਅਸੀਂ ਕਿਸੇ ਤੋਂ ਮਾੜੇ ਹਾਂ। ਅਸੀਂ ਉਹਨਾਂ ਨਾਲ ਕੰਪੀਟ ਕੀਤਾ, ਇਨਫੈਕਟ ਉਹਨਾਂ ਤੋਂ ਅੱਗੇ ਵੀ ਨਿਕਲੇ। ਸੋ ਇਹ ਸੀ ਜਿਹੜੀ ਸਟਰੈਂਥ ਉਸ ਵੇਲੇ ਦੇ ਐਜੂਕੇਸ਼ਨ ਸਿਸਟਮ ਦੀ ਸੀ। ਇਸੇ ਤਰ੍ਹਾਂ ਹੀ ਇੰਡਸਟਰੀ ਅਤੇ ਐਗਰੀਕਲਚਰ ਬਾਰੇ ਮੈਂ ਦੱਸ ਹੀ ਚੁੱਕਿਆ। ਇਸ ਤਰ੍ਹਾਂ ਜਿਹੜੀ ਜਨਰਲ ਗੌਰਮੈਂਟ ਸਰਵਿਸ ਸੀ, ਤੁਸੀਂ ਕਿਸੇ ਵੀ ਦਫ਼ਤਰ 'ਚ ਜਾਂਦੇ ਸੀ, ਉਦੋਂ ਤੁਹਾਡਾ ਕੰਮ ਹੋ ਜਾਂਦਾ ਸੀ, ਤੁਹਾਨੂੰ ਬਾਹਲਾ ਉੱਥੇ ਚੱਕਰ ਨਹੀਂ ਮਾਰਨੇ ਪੈਂਦੇ ਹੁੰਦੇ ਸੀਗੇ। ਉਹ ਮਤਲਬ ਉਹਨਾਂ ਚੀਜ਼ਾਂ ਨੇ ਪੰਜਾਬ ਨੂੰ ਬਹੁਤ ਮਤਲਬ ਤਕਰੀਬਨ 1980 ਤੱਕ ਪੰਜਾਬ ਐਜ ਨੋਨ ਨਾਟ ਓਨਲੀ ਐਜ ਫੂਡ ਬਾਸਕਟ ਆਫ ਇੰਡੀਆ, ਇਟ ਵਾਜ਼ ਆਲਸੋ ਨੋਨ ਐਜ, ਜਿਸ ਤਰ੍ਹਾਂ ਮੈਂ ਤੁਹਾਨੂੰ ਇੰਡਸਟਰੀ ਦੱਸਿਆ, ਆਟੋ ਪਾਰਟਸ ਲਈ, ਹੌਜਰੀ ਲਈ, ਸਾਈਕਲਸ ਲਈ ਅਤੇ ਸਪੋਰਟਸ ਗੁੱਡ ਲਈ ਇੰਡਸਟਰੀ ਸਾਈਡ 'ਤੇ ਸੀ। ਐਂਡ ਔਨ ਟੋਪ ਆਫ ਦੈਟ, ਪੰਜਾਬ ਵਾਜ਼ ਏ ਮਾਡਲ ਸਟੇਟ ਫਾਰ, ਕਾਇੰਡ ਆਫ ਰੋਲ ਮਾਡਲ ਫਾਰ ਅਦਰ ਸਟੇਟਸ ਫਾਰ ਗੁੱਡ ਗਵਰਨੈਂਸ। ਮਤਲਬ ਜਿਹੜੀ ਸਾਡੀ ਗਵਰਨੈਂਸ ਸੀ ਨਾ ਪੰਜਾਬ ਦੀ, ਤਕਰੀਬਨ 60-75 ਤੱਕ, ਉਹ ਦੂਜੀਆਂ ਸਟੇਟਸ ਦੇਖਣ ਆਉਂਦੀਆਂ ਸੀ ਵੀ ਪੰਜਾਬ 'ਚ ਕਿਵੇਂ ਹੁੰਦੀ ਹੈ। ਐਂਡ ਕੋਈ ਫਰੀਜ਼ ਨਹੀਂ ਸੀ ਚੀਜ਼, ਟੈਕਸਾਂ ਦੀ ਪੂਰੀ ਕੰਪਲਾਇੰਸ ਹੁੰਦੀ ਸੀਗੀ। ਐਂਡ ਯੂ ਵੋਂਟ ਬਲੀਵ, ਜਿਹੜੇ ਈਵਨ ਜਿਹੜੇ ਇਰੀਗੇਸ਼ਨ ਡਿਪਾਰਟਮੈਂਟ ਵਗੈਰਾ ਸੀ ਨਾ, ਦੇ ਵਰ ਨੈੱਟ ਰੈਵਨਿਊ ਅਰਨਿੰਗ ਡਿਪਾਰਟਮੈਂਟਸ ਉਸ ਵੇਲੇ ਤੱਕ। ਮਤਲਬ ਉਹ ਫਿਰ ਉੱਥੇ ਪਹੁੰਚ ਕੇ, ਉਸ ਤੋਂ ਬਾਅਦ ਫਿਰ ਸਾਡਾ ਜਿਵੇਂ ਕਹਿ ਦਿਓ ਵੀ ਜਿਹੜੇ ਉਹਦੇ ਪੋਲੀਟੀਕਲ ਜਾਂ ਰੀਲੀਅਸ ਆਸਪੈਕਟ ਅੱਗੇ ਤੁਸੀਂ ਬੜੇ ਬਹੁਤ ਸੋਹਣੇ ਤਰੀਕੇ ਨਾਲ ਕਵਰ ਕਰ ਚੁੱਕੇ ਹਾਂ, ਉਦੋਂ ਫਿਰ ਸਾਡੀ ਡਿਕਲਾਈਨ ਸ਼ੁਰੂ ਹੋ ਗਈ। ਇੱਕ ਤਾਂ ਜਿਹੜਾ ਮਿਲੀਟੈਂਸੀ ਵਾਲਾ ਦਹਾਕਾ ਆਇਆ ਉਹਦੇ ਵਿੱਚ, ਕਿਉਂਕਿ ਇੱਕ ਤਾਂ ਜਿਹੜੀ ਪੋਲੀਟੀਕਲ ਲੀਡਰਸ਼ਿਪ ਸੀਗੀ, ਉਹ ਤਕਰੀਬਨ ਉਹਦੇ 'ਚ ਉਨਾ ਇਨੀਸ਼ੀਏਟਿਵ ਨਹੀਂ ਰਹਿ ਗਿਆ ਸੀ। ਮਤਲਬ ਆਪਦੀ ਡਰ ਸੀ, ਬਹੁਤ ਸਾਰਾ ਟਾਈਮ ਤਾਂ ਗਵਰਨਰ ਰੂਲ ਹੀ ਰਿਹਾ। ਉਦੋਂ ਹੀ ਜਿਹੜਾ ਸਾਡਾ ਸੀ, ਜਿਹੜੇ ਟੈਕਸ ਕੁਲੈਕਸ਼ਨ ਵਗੈਰਾ ਉਹ ਘਟਣ ਲੱਗ ਗਈਆਂ। ਉਦੋਂ ਹੀ ਸਾਡਾ ਮਤਲਬ ਜਿਸ ਦੀ ਪਹਿਲੀ ਵਾਰੀ 84-85 ਦੇ ਵਿੱਚ ਜਦੋਂ ਸਾਨੂੰ
ਸੀਗਾ ਵੀ ਸਾਡਾ ਸਾਨੂੰ ਲੋਨ ਲੈਣਾ ਪਿਆ ਆਪਣੇ ਸਰਕਾਰ। ਦੂਸਰਾ ਇਹ ਹੋਇਆ ਵੀ ਸਾਡਾ ਪੁਲਿਸ ਅਤੇ ਲਾਅ ਐਂਡ ਆਰਡਰ 'ਤੇ ਖਰਚਾ ਬਹੁਤ ਵੱਧ ਗਿਆ। ਵੇਖੋ ਸਰਕਾਰ ਕੋਲ ਤਾਂ ਲਿਮਿਟਡ ਰਿਸੋਰਸਿਸ ਹੁੰਦੇ ਆ, ਜੇ ਤਾਂ ਤੁਸੀਂ ਉਹਨਾਂ ਰਿਸੋਰਸਿਸ ਨੂੰ ਪ੍ਰੂਡੈਂਟਲੀ ਯੂਜ਼ ਕਰੋਗੇ, ਠੀਕ ਤਰ੍ਹਾਂ ਯੂਜ਼ ਕਰੋਗੇ ਤਾਂ ਹੀ ਉਹਦਾ ਫਾਇਦਾ ਹੋਏਗਾ। ਜੇ ਉਹ ਤੁਹਾਡੇ ਵਟ ਆਲ ਸੇ ਵੀ ਜਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਰਿਟਰਨ ਨਹੀਂ ਮਿਲ ਰਹੇ ਉੱਥੇ ਖਰਚ ਹੋਣ ਲੱਗ ਗਏ ਤਾਂ ਨੈਚੁਰਲੀ ਤੁਸੀਂ ਫਿਰ ਪਿੱਛੇ ਰਹਿਣ ਲੱਗ ਜਾਂਦੇ। ਸੋ ਉਦੋਂ ਸਾਨੂੰ ਜਿਹੜਾ ਇਹ ਸੈਟਬੈਕ ਲੱਗ ਗਿਆ। ਇੱਕ ਸਵਾਲ ਜੇਕਰ ਤੁਸੀਂ ਮੈਨੂੰ ਪੁੱਛਣ ਦੀ ਇਜਾਜ਼ਤ ਦਿਓ ਤਾਂ ਮੈਂ ਜਾਣਨਾ ਚਾਹਾਂਗੀ ਸਰ ਕਿ ਇਹ ਤੁਸੀਂ ਬਹੁਤ ਖੂਬਸੂਰਤੀ ਨਾਲ ਐਕਸਪਲੇਨ ਕੀਤੀ ਪੰਜਾਬ ਦੀ ਪਿਕਚਰ, ਔਰ ਵਾਕਈ ਇਟਸ ਅ ਡੋਜ਼ ਆਫ ਆਪਟੀਮਿਜ਼ਮ ਕਿ ਪੰਜਾਬ ਇੰਨੇ ਵਧੀਆ ਹਾਲਾਤਾਂ 'ਚ ਹੁੰਦਾ ਸੀ। ਅੱਜ ਜਦੋਂ ਅਸੀਂ 90 ਤੋਂ ਬਾਅਦ ਪੈਦਾ ਹੋਈ ਜਨਰੇਸ਼ਨ, ਅਸੀਂ ਤਾਂ ਪੰਜਾਬ ਨੂੰ ਅਸੀਂ ਖੁਦ ਰੁਲੇ ਹਾਂ ਜੀ ਪੰਜਾਬ ਦੇ ਵਿੱਚ, ਜੋ ਪੋਲਿਸੀਜ਼ ਪੁਰਾਣੀਆਂ ਸਰਕਾਰਾਂ ਦੀਆਂ ਸੀਗੀਆਂ। ਸੋ ਅਸੀਂ ਤਾਂ ਕਿਤੇ ਨਾ ਕਿਤੇ ਸਟਰਗਲਿੰਗ ਫੇਜ਼ ਔਰ ਉਹ ਪੈਸੀਮਿਜ਼ਮ ਦੇ ਵਿੱਚ ਹੀ ਦੇਖਿਆ ਆ। ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਸਰ ਕਿ ਇਹ ਜਿਹੜਾ ਮਿਲੀਟੈਂਸੀ ਦਾ ਉਸ ਸਮੇਂ ਰਾਈਜ਼ ਹੋਇਆ, ਕੀ ਇਹਦਾ ਕੋਈ ਨਾ ਕੋਈ ਲੈਣ ਦੇਣ ਇਸ ਨਾਲ ਸੀਗਾ ਕਿ ਬਹੁਤ ਜ਼ਿਆਦਾ ਪੈਸਾ ਆ ਚੁੱਕਾ ਸੀ ਕਿਸਾਨਾਂ ਦੇ ਕੋਲ, ਅਮੀਰੀ ਆ ਚੁੱਕੀ ਸੀ, ਔਰ ਕਿਤੇ ਨਾ ਕਿਤੇ ਫਿਰ ਉਹਦੇ ਨਾਲ ਕੁਛ ਪ੍ਰੋਬਲਮਸ ਅਰਾਈਜ਼ ਹੋਈਆਂ ਕਿ ਮਿਲੀਟੈਂਸੀ ਪੋਲੀਟੀਕਲ ਪਾਵਰ ਲੈਣ ਵੱਲ ਨੂੰ ਲੋਕ ਤੁਰੇ, ਕੋਈ ਇਹਦਾ ਕੋਰੀਲੇਸ਼ਨ ਤੁਸੀਂ ਲੱਭ ਸਕਦੇ ਹੋ? ਐਕਚੁਲੀ ਮੈਂ ਤੁਹਾਨੂੰ ਜੇ ਦੱਸਾਂ ਵੀ ਇੱਕ ਤਾਂ ਫਾਰਮਰਸ ਕੋਲ ਇੰਨਾ ਬਹੁਤਾ ਜ਼ਿਆਦਾ ਪੈਸਾ ਨਹੀਂ ਆਇਆ ਸੀ। ਐਕਚੁਲੀ ਜੇ ਤੁਸੀਂ ਅਨੈਲਿਸਿਸ ਕਰੋ ਨਾ ਗ੍ਰੀਨ ਰੈਵੋਲੂਸ਼ਨ ਦਾ ਬੈਸਟ ਟਾਈਮ 1970 ਤੋਂ 1985 ਵਾਲਾ, ਇਨਫੈਕਟ ਫਾਰਮਰ ਤੋਂ ਵੀ ਜੇ ਦੇਖੋ ਨਾ ਜਿਹੜੀ ਲੇਬਰ ਦੀ ਇਨਕਮ ਸੀ ਕੰਪੈਰੇਟਿਵਲੀ ਉਹ ਜ਼ਿਆਦਾ ਵਧੀ ਸੀ। ਅਤੇ ਫਾਰਮਰਸ ਨੇ ਕੀ ਕੀਤਾ, ਪਹਿਲਾਂ ਉਹਨਾਂ ਦੇ ਕੱਚੇ ਘਰ ਸੀ, ਉਹਨਾਂ ਨੇ ਪੱਕੇ ਘਰ ਬਣਾਉਣੇ ਸ਼ੁਰੂ ਕਰਤੇ, ਐਂਡ ਬਹੁਤ ਸਾਰਾ ਪੈਸਾ ਉਹਨਾਂ ਨੇ ਐਗਰੀਕਲਚਰ ਦੇ ਵਿੱਚ ਹੀ ਇਨਵੈਸਟ ਕੀਤਾ, ਉਹਨਾਂ ਨੇ ਟਿਊਬਵੈੱਲ ਲਾਏ, ਮਸ਼ੀਨਰੀ ਲਈ ਅਤੇ ਹੋਰ ਆ। ਪਰ ਦੂਸਰਾ ਇਹ ਹੋਇਆ ਵੀ ਕਿਉਂਕਿ ਇੱਕ ਪੰਜਾਬ ਦੇ ਵਿੱਚ ਨਾ ਜਿਹੜੀ ਪੋਲੀਟਿਕਸ ਅਤੇ ਰਿਲੀਜਨ ਹਮੇਸ਼ਾ ਬੜੇ ਇੰਟਰਟਵਾਈਂਡ ਰਹੇ, ਅਤੇ ਜਿਹੜੀਆਂ ਅਪੋਜੀਸ਼ਨ ਪਾਰਟੀਜ਼ ਹੁੰਦੀਆਂ ਉਹ ਉਸ ਚੀਜ਼ ਨੂੰ ਐਕਸਪਲੋਇਟ ਕਰਦੀਆਂ। ਮੈਂ ਇਸ ਚੀਜ਼ 'ਤੇ ਐਕਸਪਰਟ ਨਹੀਂ, ਆਈ ਐਮ ਸ਼ੋਰ ਥੋੜ੍ਹਾ ਬਹੁਤ ਐਂਗਲ ਹੋਏਗਾ, ਪਰ ਆਈ ਡੋਂਟ ਥਿੰਕ ਜਿਹੜਾ ਵੀ ਗ੍ਰੀਨ ਰੈਵੋਲੂਸ਼ਨ ਦਾ ਪੈਸਾ ਆ ਉਹਦਾ ਕੋਈ ਡਾਇਰੈਕਟ ਮੈਨੂੰ ਕੋਈ ਲੱਗਦਾ ਨਹੀਂ ਵੀ ਉਹਦਾ ਕੋਈ ਸਿੱਧਾ ਸੀ। ਉਹਦੇ ਸੋਕਿ ਲੋਕ ਕੰਫਰਟੇਬਲੀ ਰਹਿਣ ਲੱਗ ਗਏ ਸੀ, ਥੋੜ੍ਹੀ ਜਿਹੀ ਇਹ ਹੁੰਦੀ ਹੈ ਵੀ ਉਦੋਂ ਰੀਲੀਅਸ ਸੈਂਟੀਮੈਂਟ ਜ਼ਰੂਰ ਲੋਕਾਂ ਦਾ ਖਾਸ ਕਰ ਪਿੰਡਾਂ ਦੇ ਵਿੱਚ ਬਹੁਤ ਹੋ ਗਿਆ ਸੀ ਵੀ, ਕਿਉਂਕਿ ਲੋਕਾਂ ਨੇ ਦੂਸਰੀ ਸਾਈਡ ਨਹੀਂ ਸੀ ਦੇਖੀ। ਇਹ ਜਿਹੜਾ ਪੰਜਾਬ ਦਾ ਗਿਰਾਵਟ ਆਈ, ਮੈਂ ਉਹਦੇ 'ਤੇ ਵੀ ਇੱਦਾਂ ਹੀ ਇੱਕ ਸਟੋਰੀ ਸਾਨੂੰ ਬਣਾ ਕੇ ਦੱਸੋ ਤਾਂ ਕਿ ਸਮਝ ਆ ਸਕੇ ਕਿ ਅਸੀਂ ਕਿੱਥੇ ਮਿਸ ਕਰ ਗਏ ਓਪਰਚੁਨਿਟੀਜ਼। ਤੁਸੀਂ ਕਹਿੰਦੇ ਹੋ ਕਿ ਬਾਕੀ ਸੂਬਿਆਂ ਤੋਂ ਪੰਜਾਬ ਨੂੰ ਰੋਲ ਮਾਡਲ ਮੰਨਦੇ ਹੋਏ ਦੇਖਣ ਆਉਂਦੇ ਸੀ, ਮਾਡਲ ਸਟੇਟ ਹੁੰਦੀ ਸੀ, ਫਿਰ ਵੇਅਰ ਵੀ ਮਿਸ ਦ ਓਪਰਚੁਨਿਟੀਜ਼ ਸਰ? ਆਈ ਥਿੰਕ ਇਹਦੇ ਬਹੁਤ ਸਾਰੇ ਕਾਰਨ ਹੈਗੇ। ਪਹਿਲਾਂ ਤਾਂ ਉਹੀ ਇਹ ਹੋਇਆ ਵੀ ਮਿਲੀਟੈਂਸੀ ਦੇ ਵਿੱਚ ਜਿਹੜੀ ਸਟੇਟ ਦੀ ਇਨਕਮ ਘੱਟ ਗਈ, ਦੂਸਰੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਸੀ ਨਾ ਉਹਨਾਂ ਦਾ ਜਿਹੜੀ 50 ਅਤੇ 60 ਦੇ ਵਿੱਚ ਲੀਡਰਸ਼ਿਪ ਸੀ ਉਹਨਾਂ ਨੇ ਫਰੀਡਮ ਸਟਰਗਲ ਦੇ ਵਿੱਚ ਹਿੱਸਾ ਲਿਆ ਸੀ, ਉਹਨਾਂ ਦੀ ਇੱਕ ਤਰ੍ਹਾਂ ਦੀ ਐਂਬੀਸ਼ਨ ਸੀ, ਉਹ ਸਾਰੇ ਹਿੰਦੁਸਤਾਨ ਨੂੰ ਜਾਂ ਪੰਜਾਬ ਦੀ ਨੁਹਾਰ ਬਦਲਣੀ ਚਾਹੁੰਦੇ ਸੀ ਲੋਕਾਂ ਨੂੰ ਕੁਛ। ਉਹ ਜਨਰੇਸ਼ਨ ਤਕਰੀਬਨ 1970-75 ਤੱਕ ਬਹੁਤ ਸੇ ਡਿਸਪੀਅਰ ਹੋ ਗਈ। ਜਿਹੜੀ ਨਵੀਂ ਲੀਡਰਸ਼ਿਪ ਆਈ ਉਹਨਾਂ ਦੀ ਜਿਹੜੀ ਵਿਜ਼ਨਰੀ ਲੀਡਰਸ਼ਿਪ ਸੀ ਉਹ ਹੈ ਨਹੀਂ ਸੀ। ਦੂਸਰਾ ਇਹ ਹੋਇਆ ਵੀ ਜਦੋਂ ਅਸੀਂ ਐਗਰੀਕਲਚਰ 'ਚ ਆ ਗਏ ਸੀ ਰਾਈਸ ਅਤੇ ਵੀਟ ਦੇ ਵਿੱਚ, ਸਾਨੂੰ ਹਾਇਰ ਲੈਵਲ ਆਫ ਚਾਹੀਦਾ ਸੀ ਵੈਲਿਊ ਚੇਨ ਦੇ ਵਿੱਚ, ਅਸੀਂ ਉਹਦੇ 'ਚ ਨਹੀਂ ਜਾ ਸਕਦੇ, ਉਹ 'ਚ ਕਦੇ ਆਪਾਂ ਸੈਪਰੇਟ ਡਿਸਕਸ਼ਨ ਕਰ ਲਾਂਗੇ। ਦੂਸਰਾ ਜਿਹੜੀ ਇੱਕ ਜਿਹੜੀ ਚੀਜ਼ ਹੋਈ, ਕਿਉਂਕਿ ਸਰਕਾਰ ਦਾ ਰੈਵਨਿਊ ਕਿਤੋਂ ਨਹੀਂ ਆ ਰਿਹਾ ਸੀ, ਆਈ ਥਿੰਕ 1980 ਦੇ ਆਸ ਪਾਸ ਜਿਹੜੀ ਐਕਸਾਈਜ਼ ਪੋਲਿਸੀ ਦੇ ਵਿੱਚ ਇੱਕ ਬਹੁਤ ਵੱਡੀ ਚੇਂਜ ਹੋਈ, ਉਦੋਂ ਖਾਸ ਕਰਨਾ ਸ਼ਰਾਬ ਦੇ ਠੇਕੇ ਬਹੁਤ ਵੱਧ ਗਏ। ਉਹਦੇ ਨਾਲ ਇਹ ਹੋਇਆ ਵੀ ਪਹਿਲਾਂ ਜੇ ਕਿਸੇ ਨੂੰ ਹੁੰਦਾ ਸੀ ਵੀ ਕਿਤੇ ਅੱਧਾ ਕਿਲੋਮੀਟਰ ਜਾ ਕੇ ਸ਼ਰਾਬ ਲੈਣੀ ਪੈਂਦੀ ਸੀ, ਉਹ ਤਕਰੀਬਨ ਸ਼ਹਿਰਾਂ ਦੇ ਵਿੱਚ ਤਾਂ ਉਹਨੂੰ 200 ਗਜ 'ਤੇ ਮਿਲਣ ਲੱਗ ਗਏ। ਉਹਦੇ ਨਾਲ ਅਲਕੋਹਲਿਜ਼ਮ ਡੈਫੀਨੇਟਲੀ ਬਹੁਤ ਵੱਧ ਗਈ। ਨੰਬਰ 2 ਦੇ ਉੱਪਰ ਹੋਇਆ 90s ਦੇ ਵਿੱਚ ਜਦੋਂ ਪਹਿਲੀਆਂ ਜਿਹੜੀ ਜਨਰੇਸ਼ਨ ਹੁੰਦੀ ਸੀ ਨਾ ਉਦੋਂ ਜੇ ਕੋਈ ਘਰ 'ਚ ਸ਼ਰਾਬ ਸ਼ਰੂਬ ਪੀਂਦਾ ਸੀਗਾ ਉਹ ਮਤਲਬ ਕੋਈ ਚੋਰੀ ਪੀਂਦਾ ਹੁੰਦਾ ਸੀ, ਜਾਂ ਕਦੇ ਮੁੰਡਿਆਂ ਦੀ ਜਾਂ ਪੋਤਿਆਂ ਦੀ ਜ਼ਰੂਰਤ ਨਹੀਂ ਹੁੰਦੀ ਸੀ ਵੀ ਦਾਦੇ ਦੇ ਸਾਹਮਣੇ ਬਹਿ ਕੇ ਸ਼ਰਾਬ ਪੀ ਲੈਣ। ਜਦੋਂ ਮੈਰਿਜ ਪੈਲਸਿਸ ਵਗੈਰਾ ਬਣ ਗਏ ਉੱਥੇ ਫਿਰ ਸਾਡੀ ਨਾ ਜਿਹੜੀ ਉਹ ਕੰਜ਼ੂਮਰ ਕਲਚਰ ਸੀ ਉੱਥੇ ਵਿਆਹਾਂ ਵੂਹਾਂ 'ਤੇ ਸ਼ਾਦੀਆਂ 'ਤੇ ਖਰਚੇ ਬਹੁਤ ਹੋਣ ਲੱਗ ਗਏ, ਉਹਦੇ ਨਾਲ ਅਲਕੋਹਲਿਜ਼ਮ ਬਹੁਤ ਵੱਧ ਗਈ, ਇੱਕ ਤਾਂ ਉਹ ਹੋ ਗਿਆ। ਨੰਬਰ 2 'ਤੇ ਇੱਕ ਜਿਹੜਾ ਆਸਪੈਕਟ ਅਸੀਂ ਬਹੁਤਾਂ ਐਨਾਲਾਈਜ਼ ਨਹੀਂ ਕਰਦੇ, ਆਈ ਥਿੰਕ ਜਿਹੜਾ ਸਾਡੀ ਕੁਆਲਿਟੀ ਆਫ ਐਜੂਕੇਸ਼ਨ ਆ ਖਾਸ ਕਰ ਜਿਹੜੀ ਹਾਇਰ ਐਜੂਕੇਸ਼ਨ ਆ ਉਹ ਮਿਲੀਟੈਂਸੀ ਦੇ ਦੌਰਾਨ ਬਹੁਤ ਸਫਰ ਕੀਤੀ, ਕਿਉਂਕਿ ਉਦੋਂ ਬੰਦ ਬਹੁਤ ਰਹਿੰਦੇ ਸੀ, ਉਦੋਂ ਜਿਹੜੀਆਂ ਮਤਲਬ ਰਿਲੈਕਸੇਸ਼ਨ ਬਹੁਤ ਹੋਈਆਂ, ਉਦੋਂ ਕੋਈ ਕਹਿੰਦੇ ਸੀ ਵੀ ਅਸੀਂ ਇਮਤਿਹਾਨ ਨਹੀਂ ਦੇਣਾ, ਸਾਨੂੰ ਵੈਸੇ ਹੀ ਪਾਸ ਕਰ ਦਿਉ, ਕਿਤੇ ਐਗਜ਼ਾਮੀਨੇਸ਼ਨ ਬ੍ਰਾਂਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਰ ਸੀ, ਉਹ ਜਿਹੜਾ ਸੀ ਸਾਡੀ ਰਿਗਰ ਸੀ ਨਾ
ਕੰਪੀਟੀਸ਼ਨ ਵਾਲੀ ਵੀ ਟੋਪ ਨੌਚ ਐਜੂਕੇਸ਼ਨ ਅਸੀਂ ਉੱਥੇ ਮਿਸ ਕਰਨ ਲੱਗੇ। ਮੈਂ ਛੋਟੀ ਜਿਹੀ ਇਗਜ਼ਾਮਪਲ ਦੇਵਾਂ ਤੁਹਾਨੂੰ, ਪੰਜਾਬ 'ਚ 80s ਦੇ ਵਿੱਚ ਤਕਰੀਬਨ ਜਦੋਂ ਬੰਦ ਹੁੰਦਾ ਸੀ ਸਾਰੇ ਐਜੂਕੇਸ਼ਨਲ ਇੰਸਟੀਚਿਊਟ ਸਾਰੇ ਬੰਦ ਰਹਿੰਦੇ ਸੀ, ਯੂਨੀਵਰਸਿਟੀ, ਮੈਂ ਯੂਨੀਵਰਸਿਟੀ 'ਚ ਸੀ, PAU ਦੇ ਵਿੱਚ ਬੰਦ ਹੋ ਜਾਂਦੇ। ਦੂਸਰੇ ਪਾਸੇ ਮੈਂ ਅਸਾਮ ਦੇਖਿਆ, ਜਦੋਂ ਮੈਂ ਉੱਥੇ ਅਸਾਮ 'ਤੇ ਕੰਮ ਕਰਦੇ ਨੇ ਵਰਲਡ ਬੈਂਕ ਦੇ ਵਿੱਚ, ਉੱਥੇ ਉਹਨਾਂ ਨੇ ਜਦੋਂ ਅਸੀਂ ਲੌਂਗੋਵਾਲ ਕਾਰਡ ਹੋਇਆ, ਅਸੀਂ ਕੀ ਮੰਗਿਆ, ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਤਕਰੀਬਨ ਜਿਹੜੇ ਜਿੱਦਾਂ ਇੱਕ ਡਿਪਲੋਮਾ ਦਿੰਦਾ ਸੀ। ਦੂਸਰੇ ਪਾਸੇ ਜਿਹੜੀ ਉਸੇ ਵੇਲੇ ਅਸਾਮ ਸਟੂਡੈਂਟ ਯੂਨੀਅਨ ਦਾ ਇੱਕ ਅਕਾਰਡ ਹੁੰਦਾ ਰਾਜੀਵ ਗਾਂਧੀ ਨਾਲ, ਉਹਨਾਂ ਨੇ ਕਿਹਾ ਵੀ ਸਾਨੂੰ IIT ਦਿਓ ਗੁਹਾਟੀ। ਉਹ ਪਹਿਲਾਂ IIT ਜਿਹੜੇ ਪੰਜਾਂ ਤੋਂ ਬਾਅਦ ਬਣਿਆ ਸੀ ਉੱਥੇ ਬਣਿਆ ਸੀ। ਉੱਥੇ ਮਤਲਬ ਹਾਲਾਂਕਿ IIT ਦੇ ਅਸਾਮ ਦੇ ਬੱਚੇ ਨਹੀਂ ਆਉਣੇ ਸੀ, ਉਹ ਤਾਂ ਆਲ ਇੰਡੀਆ ਕੰਪੀਟੀਸ਼ਨ 'ਚ ਆਉਣੇ ਸੀ, ਪਰ ਜਿਹੜਾ ਜਿਹੜੀ ਕਲਚਰ ਬਣ ਜਾਂਦੀ ਇਹਨੂੰ IIT ਦੇ ਰਾਊਂਡ ਜਾਂ ਜਿਹੜੇ ਚੰਗੇ ਇੰਸਟੀਚਿਊਟਸ ਦੇ ਰਾਊਂਡ ਉਹ ਬਣ ਜਾਂਦੇ। ਦੂਸਰਾ ਜਿਹੜੀ ਗੱਲ ਮੈਂ ਆ ਰਿਹਾ, ਮੈਂ ਉੱਥੇ ਦੇਣਾ ਸੀ ਜਿੱਦਣ ਕਿਤੇ ਬੰਦ ਹੁੰਦਾ ਸੀ, ਜਿਹੜੀ IIT ਦੀ ਹਜੇ ਬਿਲਡਿੰਗ ਨਹੀਂ ਬਣੀ ਸੀ, ਉਹ ਜੋ ਬੱਸਾਂ 'ਚ ਜਾਂਦੇ ਸੀ ਨਾ, IIT ਬੱਸ ਲਿਖੀ ਹੁੰਦੀ ਸੀ, ਸਾਰਾ ਸ਼ਹਿਰ 'ਚ ਸੁੰਨਸਰਾ ਹੁੰਦੀ ਸੀ, ਉਹ ਬੱਚੇ ਆਰਾਮ ਨਾਲ ਬੱਸ 'ਚ ਬਹਿ ਕੇ ਆਪਦੇ ਕਾਲਜ ਜਾਂਦੇ ਸੀ, ਉਹਨਾਂ ਦਾ ਕਦੇ ਸਕੂਲ ਨਹੀਂ ਕਾਲਜ ਨਹੀਂ ਮਿਸ ਹੁੰਦਾ। ਸੋ ਦੈਟ ਵਾਜ਼ ਅ ਬਿਗ, ਮੈਂ ਅਸਾਮ 'ਚ ਦੇਖੀ ਉਹ ਚੇਂਜ, ਪੰਜਾਬ 'ਚ ਜਿੱਦਣ ਇਹ ਸਾਰੇ ਬਿਲਕੁਲ, I think ਉਹਦਾ ਉਦੋਂ ਬਾਅਦ ਇਹ ਹੋਇਆ, ਜੋ ਮਰਜ਼ੀ ਕਹੋ ਤੁਸੀਂ, I think ਜਿਹੜੇ ਆਲ ਇੰਡੀਆ ਕੰਪੀਟੀਸ਼ਨ ਸੀ, ਜੇ ਤੁਸੀਂ ਉਹਨਾਂ ਨੂੰ ਕ੍ਰਿਟੀਕਲੀ ਐਨਾਲਾਈਜ਼ ਕਰੋ, 50s, 60s, 70s ਤੱਕ ਪੰਜਾਬ ਦੇ ਸੀ, ਚਾਹੇ ਉਹ ਪੰਜਾਬੀ ਨਾਟ ਇਰਰਿਸਪੈਕਟ ਆਫ ਹਿੰਦੂ ਸਿੱਖ ਜੋ ਵੀ, ਪੰਜਾਬੀ ਦੀ ਰੈਪ੍ਰੀਜੈਂਟੇਸ਼ਨ ਉਹਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਸੀ ਪ੍ਰਪੋਰਸ਼ਨੇਟ ਟੂ ਪਾਪੂਲੇਸ਼ਨ। ਉਸ ਤੋਂ ਬਾਅਦ ਜਿਹੜੀ ਸਾਡੀ ਉਹਨਾਂ ਸੈਂਟਰਲ ਸਰਵਿਸ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਅਸੀਂ ਪਿੱਛੇ ਰਹਿਣ ਲੱਗ ਗਏ। I think ਉਹ ਜਿਹੜਾ ਹਾਲਾਂਕਿ ਸਾਡੇ ਕੋਚਿੰਗ ਸੈਂਟਰ ਬਣੇ ਯੂਨੀਵਰਸਿਟੀਆਂ ਦੇ ਵਿੱਚ, ਪਰ ਉਹ ਜਿਹੜੀ ਇੱਕ ਤਾਂ ਚੀਜ਼ ਇਹ ਹੋ ਗਈ ਵੀ ਅਸੀਂ ਨਾ ਜਿਹੜੀ ਮਿਹਨਤ ਕਰਦੇ ਸੀ ਪੜ੍ਹਾਈ 'ਤੇ ਉਹ ਥੋੜ੍ਹੀ ਜਿਹੀ ਛੱਡ ਗਏ। ਦੂਜਾ ਇਹ ਹੋਇਆ ਸਾਡੀ ਕੁਆਲਿਟੀ ਆਫ ਐਜੂਕੇਸ਼ਨ ਉਹ ਹੋ ਗਈ। ਤੀਸਰਾ, ਹੁਣ ਵੀ ਤੁਸੀਂ ਕਿਤੇ ਦਿੱਲੀ ਚਲੇ ਜਾਓ ਨਾ, ਅੱਜ ਵੀ ਉੱਥੇ ਜਿਹੜੀਆਂ ਕੋਚਿੰਗ ਅਕੈਡਮੀਜ਼ ਆ, ਉੱਥੇ ਸਭ ਤੋਂ ਜ਼ਿਆਦਾ ਕੌਣ ਮਿਲਣਗੇ ਤੁਹਾਨੂੰ ਜਿਹੜੇ ਕੋਚਿੰਗ ਲੈ ਰਹੇ? ਬਿਹਾਰੀ। ਉਹਨਾਂ ਨੂੰ ਪਤਾ ਵੀ ਦੈਟਸ ਦਾ ਓਨਲੀ ਵੇ, ਜੇ ਅਸੀਂ ਬਿਹਾਰ 'ਚੋਂ ਨਿਕਲਣਾ ਉਹ ਵਿਚਾਰੇ ਉੱਥੇ ਮਿਹਨਤ ਕਰਦੇ ਆ। ਅਸੀਂ ਉਹ ਉਸ ਚੀਜ਼ ਦੇ ਕੰਪੀਟੀਸ਼ਨ 'ਚੋਂ ਥੋੜ੍ਹਾ ਜਿਹਾ ਪਿੱਛੇ ਰਹਿਣ ਲੱਗ ਗਏ, ਐਂਡ ਦੈਟ ਸਟਾਰਟਡ ਰਿਫਲੈਕਟਿੰਗ ਔਨ ਜਿਹੜੇ ਸਾਡੇ ਫਿਰ ਜਿਹੜੀ ਸਾਡੀ ਜਿਹੜੀ ਬਿਊਰੋਕਰੇਸੀ ਹੁੰਦੀ, ਤਿੰਨ ਜਿਹੜੀ ਹੈ ਕਿਸੇ ਵੀ ਇੰਪਲੀਮੈਂਟੇਸ਼ਨ, ਤਿੰਨ ਚੀਜ਼ਾਂ ਹੁੰਦੀਆਂ, ਇੱਕ ਪੋਲੀਟੀਕਲ ਲੀਡਰਸ਼ਿਪ, ਇੱਕ ਬਿਊਰੋਕਰੇਸੀ, ਤੀਜੀ ਹੁੰਦੀ ਟੈਕਨੋਕਰੇਸੀ, ਜਿਹੜੇ ਡਾਕਟਰ ਹੋ ਗਏ, ਇੰਜੀਨੀਅਰ ਹੋ ਗਏ, ਸਾਇੰਟਿਸਟ ਹੋ ਗਏ। ਇਸ ਇਕੱਲੀ ਸਾਡੀ ਪੋਲੀਟੀਕਲ ਲੀਡਰਸ਼ਿਪ ਦੀ ਵਿਜ਼ਨ ਇੰਨੀ ਖਰਾਬ ਹੋਈ, ਜਿਹੜੀ ਸਾਡੀ ਪੋਸਟ ਮਿਲੀਟੈਂਸੀ, ਜਿਹੜੀ ਸਾਡੀ ਟੈਕਨੋਕਰੇਸੀ ਅਤੇ ਸਾਡੀ ਜਿਹੜੀ ਬਿਊਰੋਕਰੇਸੀ ਹੈ ਉਹਦੀ ਕੁਆਲਿਟੀ ਵੀ ਉਹ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ, ਐਂਡ ਉਹਦਾ ਤੁਹਾਡਾ ਤੁਸੀਂ ਉਹਦਾ ਅਸੀਂ ਉਹਦੀ ਅੱਜ ਅਸੀਂ ਕੀਮਤ ਦੇ ਰਹੇ ਹਾਂ। ਉਹਦਾ ਕਾਰਨ ਇਹ ਹੈ, ਇੱਕ ਬਹੁਤ ਵੱਡਾ ਕਾਰਨ ਖਾਸ ਕੇ ਬਿਊਰੋਕਰੇਸੀ ਦਾ ਇਹ ਹੈ, ਜਦੋਂ ਚਾਹੇ PCS ਹੈ ਚਾਹੇ IAS ਆ, ਬੜੇ ਕੰਪੀਟੀਸ਼ਨ ਹੁੰਦੇ, ਇਜ਼ ਵੈਰੀ ਕੰਪੀਟੈਂਟ, ਪਰ ਜਦੋਂ ਪੋਲੀਟੀਕਲ ਲੀਡਰਸ਼ਿਪ ਕੰਪੀਟੈਂਟ ਬੰਦਿਆਂ ਨੂੰ ਛੱਡ ਕੇ ਜਿਹੜੇ ਆਪਦੇ ਫੇਵਰੇਟਸ ਨੂੰ ਉੱਪਰ ਚੱਕਣ ਲੱਗ ਜਾਂਦੀ, ਉਹ ਜਿਹੜੇ ਕੰਪੀਟੈਂਟ ਬੰਦੇ ਹੁੰਦੇ ਆ ਉਹ ਦੇ ਗੈਟ ਡਿਸਆਰਡ। ਸੋ ਦੈਟਸ I think ਅੱਜ ਵੀ ਜੇ ਤੁਸੀਂ ਉਹਨਾਂ ਨੂੰ ਮੈਰਿਟ 'ਤੇ ਬੰਦਿਆਂ ਨੂੰ ਲਓ, ਉਹਨਾਂ ਨੂੰ ਹੋਲਡ ਦੇਮ ਅਕਾਊਂਟੇਬਲ, ਦੇ ਡਿਲੀਵਰ, ਪਰ ਜੇ ਤੁਸੀਂ ਰੱਖਣੀ ਆਪਦੇ ਫੇਵਰੇਟ ਹੈਗੇ ਤਾਂ ਉਹ ਦੈਟ ਰਿਫਲੈਕਟਸ। ਦੂਸਰਾ, ਸੋ ਇਹ I think ਉਹਦਾ ਉਸ ਚੀਜ਼ ਦਾ, ਇੱਕ ਤਾਂ ਸਾਡੀਆਂ ਟੈਕਸ ਕੁਲੈਕਸ਼ਨ ਘੱਟ ਗਈਆਂ, ਦੂਜਾ ਸਾਡੀ ਜਿਹੜੀ ਕੁਆਲਿਟੀ ਆਫ ਮੈਨ ਪਾਵਰ, ਹਿਊਮਨ ਰਿਸੋਰਸ, ਲੀਡਰ, ਪੋਲੀਟੀਕਲ ਲੀਡਰਸ਼ਿਪ, ਬਿਊਰੋਕਰੈਟਿਕ, ਉਹ ਵੀ ਡੈਫੀਨੇਟਲੀ ਥੱਲੇ ਗਈ। ਅਤੇ ਤੀਸਰਾ ਸੀਗਾ ਸਾਡਾ ਜਿਹੜੇ ਖਰਚੇ ਵੱਧ ਗਏ, ਮਤਲਬ ਖਰਚੇ ਇਸ ਤਰ੍ਹਾਂ ਵੱਧ ਜਾਂਦੇ ਹੈਗੇ। ਹੁਣ ਦੇਖੋ ਨਾ, ਤੁਸੀਂ ਸਰਕਾਰ ਕੋਲ ਪੈਸਾ, ਯੂ ਹੈਵ ਟੂ, ਜਿਵੇਂ ਆਪਣਾ ਘਰ ਉੱਪਰ ਰਨ ਕਰਦੇ ਹੈਗੇ ਵੀ ਮੇਰੀ ਇੰਨੀ ਇਨਕਮ ਹੋਣੀ, ਇੰਨੇ ਖਰਚੇ ਹੋਣੇ, ਆਪਾਂ ਡੈਫੀਸਿਟ ਨਹੀਂ ਜਾਣਾ। ਜੇ ਸਰਕਾਰਾਂ ਵੀ ਉਸ ਤਰ੍ਹਾਂ ਹੀ ਰਨ ਕਰਨ ਤਾਂ ਉਹ ਘਰ ਦੀ ਤਰ੍ਹਾਂ ਚੀਫ ਮਿਨਿਸਟਰ ਜਾਂ ਫਾਈਨਾਂਸ ਮਿਨਿਸਟਰ, ਦੇ ਵਿਲ ਪ੍ਰੋਗਰੈਸ। ਉਹਦੇ ਲਈ ਜੇ ਉਹ ਨਹੀਂ ਕਰਦੇ ਫਿਰ ਕੀ ਹੁੰਦਾ? I don't say everybody is corrupt, I don't say everybody is inefficient, but there is a significant proportion which are not very efficient, or ਜਿਹੜੇ ਕਿਤੇ ਉਹ ਇਸ ਤਰ੍ਹਾਂ ਦੀ ਰੈਂਟ ਸੀਕਿੰਗ ਕਰਦੇ ਰਹਿੰਦੇ ਆ, ਉਹਦੇ ਨਾਲ ਫਿਰ ਸਟੇਟ ਦੀਆਂ ਜਿਹੜੀਆਂ ਕੋਸਟ ਬਹੁਤ ਘੱਟ ਜਾਂਦੀਆਂ, ਵੱਧ ਜਾਂਦੀਆਂ। ਫੋਰ ਐਗਜ਼ਾਮਪਲ, ਜੇ ਕੋਈ ਕੰਮ ਹੈ, ਜੇ ਕਿਸੇ ਠੇਕੇਦਾਰ ਨੂੰ ਪਤਾ ਜੀ ਮੈਂ 20% ਦਾ ਮੈਂ ਆਪਦੇ ਬਿੱਲ ਪਾਸ ਕਰਾਉਣ ਲਈ ਦੇਣਾ ਜਾਂ ਇੱਕ, ਉਹ ਨੈਚੁਰਲੀ ਉਹ 20% ਕੋਸਟ ਵਧਾ ਦੂਗਾ। ਉਹ ਉਸ ਚੀਜ਼ ਦਾ, ਉਹ ਜਿਹੜਾ ਤੁਹਾਡਾ ਬਜਟ ਪ੍ਰੋਸੈਸ, ਉਹਨੂੰ ਹੋਰ ਡਿਸਟੋਰਟ ਕਰ ਦਿੰਦਾ ਹੈ। ਜਿਹੜੀ ਪੰਜਾਬ ਦੀ ਸਰਕਾਰ ਹੈ, ਹੁਣ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ ਹੈ ਜੀ, ਫ੍ਰੀ ਬੀਜ ਦਾ, ਫ੍ਰੀ ਬਿਜਲੀ ਦੇਣੀ ਹੈ। ਉਸ ਤੋਂ ਪਹਿਲਾਂ ਖੇਤੀਬਾੜੀ ਨੂੰ ਫ੍ਰੀ ਬਿਜਲੀ ਜਾਂਦੀ ਸੀ, ਹੁਣ ਐਵੇਂ ਲੱਗਦਾ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਅੱਗੇ ਆਉਣਗੀਆਂ ਵਿਧਾਨ ਸਭਾ ਦੀਆਂ,
चार साल बाद उहदे विच कुछ होर फ्री दा वादा कर दिता जाऊगा। एट द सेम टाइम बहुत वड्डियां सबसिडीज जो अननेसेसरी ने और नाल दी नाल करजे दे विच फसी हुई स्टेट, जिवें सी ए जी की रिपोर्ट कहती है कि पंजाब एक डेट ट्रैप्ड स्टेट बन चुका है, इहदा नुकसान की होएगा भविख दे विच? और इस तो बाद मैं तुहाडे वल आवांगी सर एक सवाल लैके कि इहनूं एड्रैस किदां कीता जावे। सब तो पहला दसो कि नुकसान की हो सकदा? पहला नुकसान तो यही हुंदा हैगा बई तुहाडे कोले रिसोर्सिस लिमिटेड है, जे तां ओह रिसोर्स नूं तुसीं कैपिटल एक्सपेंसिस ते लाओ, जिन्हों आप कहने डिवेलपमेंट एक्सपेंडिचर, जिहड़ा पंजाब ने 1950s, 60s, 70s होर ग्रोथ हुंदा है, होर गौरमेंट की इनकम बढ़ती है, जॉब्स आउंदियां हैगियां, तो जनरल पापूलेशन इज हैप्पी, यू प्रोवाइड बैटर सर्विसिज। जो तुसीं फ्री देनिया चीज़ा शुरू कर दें उदो एक तो जिन्होंने फ्री दें उस चीज़ की इंपोर्टेंस नहीं समझता, वो हमेशा ये समझता है बी ये मेरा हक है। दूसरा जी तुसीं चीज़ एक ही फ्री देती मुड़ के तुसीं उन्हें विदड्रा नहीं कर सकते, अनलैस कोई बहुत पॉलिटिशियन डेयरिंग होवे, विच आई डोंट सी ऑन द होराइज़न, ते वो फिर अगली जारी अगली फिर पॉलिट हुण जिहड़ी गवर्नमेंट है ना, गवर्नमेंट वर्क्स मोर ऑन ऑप्टिक्स। एक तो जिहड़ी बहुत वड्डी फॉल्ट लाइन पै गई ना पॉलिटिक्स दे ते इकोनॉमिक्स दे विच, बहुत वड्डी फॉल्ट लाइन पै गई। पहला जिहड़ी जिहड़ी पॉलिटिक्स सी वो इकोनॉमिक्स नूं बहुत उपर रख के चलदी सी, हुण इकोनॉमिक्स नूं छड्ड जांदे आ बई सानूं तां वोटां मिलनियां चाहीदियां, हालांकि वो वोटा एक एरी मिलदियाँ दूजी एरी नहीं मिलदियाँ गए। हूँ जिस तरह आप देख ही लिया वे अकाली 97 च बादल साहब ने उदों बहुत सारिया फ्रीबीज दित्तियां जिहदे बेसिस ते आए, 2002 दी इलैक्शन हार गए। जो कैप्टन अमरिंदर सिंह आए पहले दो साल, आई मस्ट गिव क्रैडिट टू हिम, पहले दो साल इन्होंने कोशिश की मैं थोड़ा जि ठीक कर दें, पर उदों की है जी 2004 दियाँ पार्लीमेंट्री इलैक्शन हुई उदों कांग्रेस, हालांकि मनमोहन सिंह जी चीफ मिनिस्टर प्राइम मिनिस्टर बन गए, पर उदों कांग्रेस दी पंजाब चो सीटां नहीं आईयां। दैट वॉज रिएक्शन टू, क्योंकि अमरिंदर सिंह ट्राई टू थोड़ी जी फ्री बीज रिड्यूस करन दी, एक वो हो गया। दूसरा जदों उहदी चीफ मिनिस्टरशिप थ्रैटन हुई दैन ही हैड टू मेक सम कंप्रोमाइज, तो वो अपनी 5 साल तक कर गया। उस तो फिर बादल साहब आए, उन्होंने होर दी होर एक्सपेंड करते गए। हुण देखो ना, मतलब साडी सब तो वड्डी समस्या की है पानी खेतीबाड़ी लिए, ईवन इंडस्ट्री लिए भी, असी जिदे एक पासे बिजली बिल्कुल फ्री दे रहे हैं तो उन्ना ही पानी फार्मर पानी यूज कर ज़्यादा यूज कर दिया, पानी साडा होर थले चाहिए। देर जिहड़ियां सबसिडीज़ है ना वो बड़ियां केयरफुली टारगेटड चाहिए, भी जिहड़ा गरीब है जिहड़ा लोड़वंद है उन्हूं दिओ, पर हर एक नूं जिहड़ियां ब्लैंकट सबसिडीज़ है वो बिल्कुल नहीं, वो तुहाडे वो तुहाडी इकोनोमी नूं एक्चुअली देर ऑलरेडी रूइनिंग पंजाब इकोनोमी। सेम वे हुण जिहड़े 300 यूनिट बिजली दे फ्री करते, उदो तुसी देखो जो जुलाई अगस्त दे विच आएगा हुण तुसी देखो हाल माड़ा किन्ना हुंदा, मतलब सरकार कित्थों पूरा करेगी। हुण कई इकोनोमिस्ट कह दिंदे जी तुसी पैसे दिओ एक तरह की क्राउड फंडिंग कर दो, जे किसी भी सरकार नूं क्राउड फंडिंग, तो पहली गल तां तुसी गवर्नमेंट इज नॉट एन NGO, गवर्नमेंट इज अ गवर्नमेंट, इट शुड रन एफिशिएंटली। तो दूसरा यह भी जे तुसी इन्हां कोल थोड़े बहुत पैसे आ गए, इन्होंने ये थोड़ा करना भी असी बजट बैलेंस कर लिए, इन्होंने कहना भी हुण जे असी फिर 100-100 रुपया देना लेडीज़ नूं फ्री दे दो, इन्हां चीज़ां नूं नुकसान बहुत होंदा। तो दैट ड्राइव्स आउट, जिन इहनूं टर्म यूज करदे हन, दे फ्री बीज हैव क्राउडड आउट गुड इनवैसटमेंट्स, प्रोडक्टिव इनवैसटमेंट्स, वो रिटर्न नहीं सानूं मिल रहे, उस करके बहुत वड्डी इशू है। दूसरा होंदा ना कदे कदे तुहानूं हिस्टोरिकली मौके मिलते हैं जिहड़े जिहड़े ना मौके कदे किसी भी स्टेट नूं वो गौने नहीं चाहिए जां किसी कंट्री नूं। साडे कोले पहलां पंजाब ने जिहड़ा मौका आया जदों कंट्री फूड डेफिसिट सी, असीं उहनूं बिल्कुल उहनूं पूरा यूज़ किया, वी इमर्जड एज नंबर वन एग्रीकल्चर, असीं इंडस्ट्री डिवेलप की। सानूं इहो जिहा मौका फिर एक 1997-98 'च फिर आया सी जिहड़ा कि असीं गुआ लिया। इत्थों कारण इह सी ਵੀ ਜਦੋਂ ਆਪਾਂ ਜੇ ਅੱਜ ਤਰੀਕ 9 ਹੈਗੀ, ਆਪਾਂ ਲਿਖਦੇ ਹਾਂ ਵੀ ਅੱਜ ਜੋ ਤਰੀਕ ਲਿਖਦੇ ਹਾਂ 9/3/23, ਜੇ ਪੁਰਾਣੇ ਜ਼ਮਾਨੇ 'ਚ ਇਸ ਤਰ੍ਹਾਂ ਲਿਖੀ ਜਾਣੀ ਸੀਗੀ, ਹੁਣ ਲਿਖਦੇ ਹਾਂ 09/03/2023। ਉਦੋਂ ਸੀ ਵੀ ਜਿਹੜਾ ਪੁਰਾਣਾ ਸਿਸਟਮ ਸੀ ਉਦੋਂ ਉਹ ਸਾਰੇ 'ਚ ਤਰੀਕ ਮਹੀਨਾ ਅਤੇ ਸਾਲ ਅਖੀਰਲੇ ਦੋ, ਉਦੋਂ ਲੱਗਿਆ ਵੀ ਜਦੋਂ ਜਿੱਦਣ 31 December 2000 ਹੋਣਾ ਉਸ ਦਿਨ ਕੀ ਬਣੂਗਾ, ਕਿਉਂਕਿ ਸਭ ਕੁਛ ਚੇਂਜ ਹੋ ਸਾਰੇ 19 ਨਾਲ ਸੀ, ਐਂਡ ਦੈਟ ਗੇਵ ਜਿਹਨੂੰ ਕਹਿੰਦੇ Y2K ਪ੍ਰੋਬਲਮ,
ਜਿਹੜੀ ਜਿਹੜਾ ਸੀ ਸਾਲ 2000 ਦਾ ਜਿਹੜੀ ਪ੍ਰੋਬਲਮ, ਉਦੋਂ ਜਿਹੜੀ ਬਹੁਤ ਸਾਰੀਆਂ ਜਿਹੜੀਆਂ ਸੀ ਕੰਪਨੀਜ਼, ਉਹਨਾਂ ਨੇ ਆਪਣੀਆਂ ਵੈਸਟਰਨ ਕੰਪਨੀ ਆਈ ਟੀ ਦੀਆਂ, ਉਹਨਾਂ ਨੇ ਆਪਣੀ ਕੋਸਟ ਰਿਡਿਊਸ ਕਰਨ ਲਈ ਦੇ ਵਰ ਲੁਕਿੰਗ ਫੋਰ ਆਪਸ਼ਨਸ ਕਿ ਅਸੀਂ ਇੰਡੀਆ ਵਗੈਰਾ 'ਚ ਆਪਦੀ ਜਿਹਨੂੰ ਆਪਾਂ ਕਹਿੰਦੇ ਹਾਂ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ ਜਾਂ ਜਿਹਨੂੰ ਇਨਫੋਰਮੇਸ਼ਨ ਟੈਕਨੋਲੋਜੀ, ਜਿਹਦੇ 'ਚ ਇੰਡੀਆ ਨੇ ਡਿਡ ਵੈਰੀ ਵੈਲ। ਐਂਡ ਉਸ ਵੇਲੇ ਉਹ ਲੋਕ ਪੰਜਾਬ 1997 ਤੱਕ ਤਕਰੀਬਨ ਪੰਜਾਬ ਬਹੁਤ ਪੀਸਫੁਲ ਸਟੇਟ ਬਣ ਗਈ ਸੀਗੀ। ਨੰਬਰ 2 ਦੇ ਉੱਪਰ ਸਾਡੀ ਜਿਹੜੀ ਜਨਰਲ ਜਿਹੜੀ ਯੂਥ ਸੀਗੀ ਜਿਹਨੂੰ ਆਪਾਂ ਕਹਿੰਦੇ ਹਾਂ ਐਕਸ ਜਨਰੇਸ਼ਨ, ਉਸ ਵੇਲੇ ਦੇ ਜਿਹੜੇ ਉਹ ਤਕਰੀਬਨ ਉਹਨੇ ਪੜ੍ਹ ਪੜ੍ਹ ਬੜੀ ਸੋਹਣੀ ਅੰਗਰੇਜ਼ੀ ਬੋਲਦੇ ਸੀਗੇ। ਐਂਡ ਤੀਜਾ ਸੀਗਾ ਸਾਡੇ ਕੋਲ ਬੜੀ ਸੋਹਣੀ ਬ੍ਰੌਡਬੈਂਡ ਸੀ, ਟੈਲੀਫੋਨ ਦੀ ਪੈਨੀਟਰੇਸ਼ਨ ਬਹੁਤ ਸੀ। ਅਤੇ ਚੌਥਾ ਜਿਹੜਾ ਸਾਨੂੰ ਐਡਵਾਂਟੇਜ ਸੀ ਉਹ ਸੀ ਅਸੀਂ ਦਿੱਲੀ ਰਾਜਧਾਨੀ ਦੇ ਬਹੁਤ ਨੇੜੇ ਸੀ, ਅਸੀਂ ਉਹ 4 ਸਾਨੂੰ ਐਡਵਾਂਟੇਜ ਸੀ, ਉਹ ਲੋਕ ਆਏ ਇੱਥੇ। ਪਰ ਪੰਜਾਬ ਨੇ ਉਸ ਚੀਜ਼ ਦਾ ਫਾਇਦਾ ਨਹੀਂ ਉਠਾਇਆ। ਉਹਦਾ ਕਾਰਨ ਕੀ ਸੀ, ਜਿਹੜੀ ਉਸ ਵੇਲੇ ਦੀ ਪੋਲੀਟੀਕਲ ਲੀਡਰਸ਼ਿਪ ਸੀ ਉਹਨਾਂ ਨੇ, ਉਹਨਾਂ ਦੀ ਉਸ ਤਰ੍ਹਾਂ ਦੀ ਸੋਚ ਹੀ ਹੈ ਨਹੀਂ ਸੀ। ਉਹ ਹਜੇ ਵੀ ਉਹ ਦੇ ਵਰ ਐਮਬੈਡਡ ਇਨ ਪੁਰਾਣੀ ਜਿਹੜੀ ਸੋਚ ਸੀ ਵੀ ਲਾਇਸੈਂਸ ਪਰਮਿਟ ਰਾਜ, ਅਤੇ ਉਹ ਇੱਥੋਂ ਦੂਸਰਾ ਉਹਨਾਂ ਦੇ ਜਿਹੜੇ ਆਸ ਪਾਸ ਜਿਹੜੇ ਸੀਨੀਅਰ ਬਿਊਰੋਕਰੈਟ ਸੀ ਉਹ ਵੀ, ਉਹਨਾਂ ਦੀ ਵੀ ਕੋਈ ਉਸ ਤਰ੍ਹਾਂ ਦੀ ਨਹੀਂ, ਉਹ ਪੁਰਾਣੇ ਮਤਲਬ ਜਿਹੜੇ ਸੀਗੇ ਵੀ। ਸੋ ਦੋ ਪੀਪਲ ਵਰ ਡਿਸਅਪੁਆਇੰਟਡ, ਉਹਨਾਂ ਨੂੰ ਲੱਗਿਆ ਵੀ ਇੱਥੇ ਨਹੀਂ ਗੱਲ ਬਣਨੀ। ਐਂਡ ਦੈਨ ਦੇ ਵੈਂਟ ਟੂ ਹੈਦਰਾਬਾਦ, ਉੱਥੇ ਚੰਦਰ ਬਾਬੂ ਨਾਇਡੂ ਦੀ ਇੰਸਟਰਕਸ਼ਨ ਸੀ ਵੀ ਜੇ ਤੁਸੀਂ ਆਓ, ਜੇ ਤੁਸੀਂ ਨਹੀਂ ਆ ਸਕਦੇ ਮੇਰਾ ਮਾਈ ਸੈਕਟਰੀ ਵਿਲ ਮੀਟ ਯੂ ਐਟ ਦਾ ਏਅਰਪੋਰਟ। ਇਸੇ ਤਰ੍ਹਾਂ ਬੰਗਲੌਰ ਸੀ, ਬੰਗਲੌਰ ਇੱਕ ਕੰਟੋਨਮੈਂਟ ਸੀ, ਉਹਨੂੰ ਕੋਈ ਨਹੀਂ ਜਾਣਦਾ ਸੀ। ਸੋ ਬੰਗਲੌਰ ਐਂਡ ਹੈਦਰਾਬਾਦ ਦੇ ਮਰਜ਼ਡ ਐਜ਼ ਆਈ ਟੀ ਹਬਸ, ਪੰਜਾਬ ਨੇ ਉਹ ਬਹੁਤ ਸੋਹਣਾ ਮੌਕਾ ਗਵਾ ਲਿਆ। ਉਹ ਕਿਉਂਕਿ ਅਸੀਂ ਇੰਡਸਟਰੀ ਦੇ ਵਿੱਚ ਸਾਡੀ ਬਹੁਤ ਵੱਡੀ ਪ੍ਰੋਬਲਮ ਹੈ, ਇੱਕ ਤਾਂ ਅਸੀਂ ਲੈਂਡ ਲੋਕਡ ਇੱਕ ਪਾਸੇ ਹਾਂ, ਨੰਬਰ 2 ਤੇ ਸਾਡੀ ਲੈਂਡ ਪ੍ਰਾਈਸਿਸ ਬਹੁਤ ਜ਼ਿਆਦਾ ਆ, ਨੰਬਰ 3 ਦੇ ਉੱਪਰ ਸਾਡੇ ਕੋਲ ਕੋਈ ਰਾ ਮਟੀਰੀਅਲ ਹੈ ਨਹੀਂ। ਜਿਹੜੀ ਆਈ ਟੀ ਇੰਡਸਟਰੀ ਸੀ ਇਹ ਸਾਨੂੰ ਬਹੁਤ ਵਧੀਆ ਸੂਟ ਕਰਦੀ ਸੀ, ਪਰ ਅਸੀਂ ਉਹ ਮੌਕਾ ਗਵਾਤਾ। ਉਹ ਐਂਡ ਇਹੋ ਜਿਹੇ ਮੌਕੇ ਤੁਹਾਨੂੰ ਕਿਤੇ ਇੱਕ ਮਤਲਬ 20-25-30 ਸਾਲ ਬਾਅਦ ਆਉਂਦੇ ਹਨ, ਐਂਡ ਆਈ ਥਿੰਕ ਵੀ ਆਰ ਪੇਇੰਗ ਦਾ ਪ੍ਰਾਈਸ ਫਾਰ ਇਟ। ਉਹਦੇ ਨਾਲ ਦੂਸਰਾ ਇਹ ਸੀ ਵੀ ਜਿਹੜੀ ਆ ਯੰਗਰ ਜਨਰੇਸ਼ਨ ਜਿਹੜੀ ਹੁਣ ਫਰਸਟ੍ਰੇਟਡ ਆ, ਇਹਨਾਂ ਇਸ ਜਨਰੇਸ਼ਨ ਨੇ ਬੜੀ ਇਨਫਿਊਜ਼ ਹੋ ਜਾਣਾ ਸੀ, ਕਿਉਂਕਿ ਮੈਂ ਬਹੁਤ ਸਾਰਾ ਟਾਈਮ ਗੁਰਗਾਓਂ ਰਿਹਾ ਜਿੱਥੇ ਕਿ ਇਹ ਆਈ ਟੀ ਕਰਕੇ ਹੀ ਗੁਰਗਾਓਂ ਹੁੰਦਾ ਪਹਿਲਾਂ। ਇਨਫੈਕਟ ਜਦੋਂ ਹਰਿਆਣਾ ਅਲੱਗ ਹੋਇਆ ਉਦੋਂ ਗੁਰਗਾਓਂ ਜ਼ਿਲ੍ਹਾ ਨਹੀਂ ਸੀ, ਗੁਰਗਾਓਂ ਫਰੀਦਾਬਾਦ ਜ਼ਿਲ੍ਹੇ ਦਾ ਪਾਰਟ ਸੀਗਾ। ਅਤੇ ਹੁਣ ਉੱਥੇ ਜੇ ਤੁਸੀਂ ਰਾਤ ਨੂੰ ਕਿਤੇ ਚਲੇ ਜਾਓ ਤਾਂ ਇੰਝ ਲੱਗਦਾ ਇਟ ਲੁੱਕਸ ਅ ਪਾਰਟ ਆਫ ਸਿੰਗਾਪੁਰ, ਮਤਲਬ ਉੱਥੇ ਸਾਰੇ ਜਿਸੇ ਉਹਦੇ ਨਾਲ ਜਿਹੜੀ ਕਲਚਰ ਚੇਂਜ ਹੋਈ ਉਹਦੇ ਨਾਲ। ਇਨਫੈਕਟ ਜਿਹੜੇ ਆਈ ਟੀ ਵਾਲੇ ਸੀ ਲੋਕ ਦੇ ਆਰ ਮੋਰ ਟੈਕਸ ਕੰਪਲਾਇੰਟ, ਇਸ ਉਹਨਾਂ ਦੀ ਟੈਕਸ ਕੁਲੈਕਸ਼ਨ ਬਹੁਤ ਹੋ ਗਈ। ਉਹ ਐਂਡ ਦੋਸ ਥਿੰਗਸ ਹੈਲਪਡ, ਮਤਲਬ ਜਦੋਂ ਹਰਿਆਣਾ ਵੱਖ ਹੋਇਆ ਉਦੋਂ ਹਰਿਆਣਾ ਪੰਜਾਬ ਦੀ ਇਕੋਨੋਮੀ ਦਾ 60% ਸੀ, ਅੱਜ ਪੰਜਾਬ ਹਰਿਆਣੇ ਦੀ ਇਕੋਨੋਮੀ ਦਾ 60% ਹੈ। ਮਤਲਬ ਦਿਸ ਇਜ਼ ਸੋ ਵੀ ਮਿਸ ਦ ਆਈ ਟੀ ਰੈਵੋਲੂਸ਼ਨ, ਇਹ ਸਾਡੀ ਗਲਤੀ ਸੀ। ਐਂਡ ਸੈਕਿੰਡਲੀ ਸੋਰੀ ਯਾ ਪਲੀਜ਼ ਕੰਟੀਨਿਊ। ਦੂਸਰਾ ਇਹ ਸੀ ਅਸੀਂ ਐਗਰੀਕਲਚਰ ਦੇ ਵਿੱਚ ਵੀ ਨਾ ਅਸੀਂ ਹੈਗੇ ਵੀ ਆਰ ਇੱਕ ਤਰ੍ਹਾਂ ਦੇ ਨਾ ਬੌਕ ਡਾਊਨ ਬਾਈ ਲੋ ਵੈਲਿਊ ਹਾਈ ਵੋਲਿਊਮ ਪ੍ਰੋਡਕਟ ਰਾਈਸ ਵੀਟ। ਉਹਦੇ 'ਚ ਉਹ ਟਾਈਮ ਸੀ ਪਹਿਲੇ ਜਿਹੜੇ 1990 ਤੱਕ ਦਾ ਵਧੀਆ ਟਾਈਮ ਸੀ ਜਿਹਦੇ ਪੈਸੇ ਕਮਾ ਲਏ। ਉਸ ਤੋਂ ਬਾਅਦ ਸਾਨੂੰ ਇੱਕ ਹਾਇਰ ਲੈਵਲ ਆਫ ਐਗਰੀਕਲਚਰ ਦੀ ਸਫਿਸਟੀਕੇਸ਼ਨ 'ਤੇ ਜਾਣਾ ਚਾਹੀਦਾ ਸੀ। ਉਹਦੇ ਲਈ ਸਾਨੂੰ ਵੱਖ ਤਰ੍ਹਾਂ ਦੀ ਰਿਸਰਚ ਚਾਹੀਦੀ ਸੀ, ਵੱਖ ਤਰ੍ਹਾਂ ਦਾ ਮਾਰਕੀਟਿੰਗ ਸਿਸਟਮ ਚਾਹੀਦਾ ਸੀ, ਐਂਡ ਡਿਪਾਰਟਮੈਂਟਸ ਦੇ ਵਿੱਚ ਯੂਨੀਵਰਸਿਟੀ ਵਿੱਚ ਨਵੀਂ ਸੋਚ ਹੋਣੀ ਚਾਹੀਦੀ ਸੀ ਜਿਹੜੀ ਕਿ ਅਸੀਂ ਕੰਫਰਟ ਜ਼ੋਨ 'ਚ ਆ ਗਏ। ਕਿਉਂ ਹੁਣ ਸਰਕਾਰਾਂ ਵੀ ਇਹ ਵੀ ਚਲੋ ਕਣਕ ਝੋਨੇ ਦੀ ਖਰੀਦ ਹੋ ਗਈ, ਸਾਰੇ ਉਹਦੇ ਵਿੱਚ ਇੰਟਰਸਟ ਹੋ ਗਏ, ਅਤੇ ਜਿਹੜੀ ਐਗਰੀ ਹਾਲਾਂਕਿ ਉਹਦੇ 'ਚ ਸਾਡਾ ਹੁਣ ਗਰੋਥ ਰੇਟ ਆ ਜਿਹੜਾ ਐਗਰੀਕਲਚਰ ਦਾ 2005-06 ਤੋਂ ਲੈ ਕੇ 2% ਹੈ। ਮੈਂ ਅੱਜ ਸਵੇਰੇ ਹੀ ਖਬਰ ਪੜ੍ਹ ਰਿਹਾ ਸੀ ਮਹਾਰਾਸ਼ਟਰਾ, ਉੱਥੇ ਵੀ ਐਗਰੀਕਲਚਰ ਦੀਆਂ ਪ੍ਰੋਬਲਮ ਬਹੁਤ ਹੈ, ਪਿਛਲੇ ਸਾਲ ਦਾ ਉਹਨਾਂ ਦਾ ਗਰੋਥ ਰੇਟ 10% ਹੈ। ਮਤਲਬ ਜੇ ਮੈਂ ਮਹਾਰਾਸ਼ਟਰਾ 'ਚ ਬਹੁਤ ਕੰਮ ਕੀਤਾ ਜਿਹੜੇ ਉਹਨਾਂ ਨੇ ਐਗਰੀਕਲਚਰ ਰਿਫੋਰਮ ਲਿਆ ਕੇ, ਉੱਥੇ ਜਿਹੜੇ ਖਾਸ ਕਰ ਉਹਨਾਂ ਨੇ ਹਾਈਵੇਲ ਵੀ ਐਗਰੀਕਲਚਰ ਦੇ ਵਿੱਚ ਜਿਹੜੀ ਉਹਨਾਂ ਨੇ ਬਹੁਤ ਪ੍ਰੋਗਰੈਸ ਕੀਤੀ ਅਸੀਂ ਉਹ ਮਿਸ ਕੀਤੀ। ਨੰਬਰ 3 'ਤੇ ਸਾਡਾ ਬਹੁਤ ਸਕੋਪ ਸੀ ਡੇਅਰੀ ਦੇ ਵਿੱਚ, ਜੇ ਸਾਡੀਆਂ ਜਿਹੜੀਆਂ ਹੈਗੇ ਮਤਲਬ ਜੇ ਤੁਸੀਂ ਦੇਖੋ ਜਦੋਂ ਕਿਤੇ ਨਹੀਂ ਸੀ ਉਦੋਂ ਪੰਜਾਬ ਨੇ ਮੋਗੇ ਨੈਸਲੇ ਵਾਲਿਆਂ ਨੇ ਉਹਨੂੰ ਫੂਡ ਸਪੈਸ਼ਲਿਟੀਜ਼ ਕਹਿੰਦੇ, ਇਹਨਾਂ ਨੇ ਮਿਲਕ ਪਲਾਂਟ ਲਾਇਆ, ਵੇਰਕਾ ਪਲਾਂਟ ਲੱਗੇ। ਐਂਡ ਉਸ ਤੋਂ ਬਾਅਦ ਕੀ ਹੋਇਆ, ਮੁੜ ਕੇ ਹੁਣ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਇੰਡਸਟਰੀ ਦੀ ਇਨਵੈਸਟਮੈਂਟ ਵਾਲਾ ਉਹ ਇੰਨਾ ਖਰਾਬ ਹੋ ਗਿਆ ਕਿ ਹੁਣ ਨੈਸਲੇ ਵਾਲਿਆਂ ਨੇ 2010-12 ਤੋਂ ਬਾਅਦ ਕੋਈ ਉੱਥੇ ਇੰਪਰੂਵਮੈਂਟ ਨਹੀਂ ਕੀਤੀ, ਮਤਲਬ ਉੱਥੇ ਇਨਵੈਸਟਮੈਂਟ ਨਹੀਂ ਕੀਤੀ। ਦੇ ਹੈਵ ਬੈਟਰ ਆਪਸ਼ਨਸ। ਦੂਸਰਾ ਨਾ ਕੋਈ ਵੀ ਇੰਡਸਟਰੀਅਲਿਸਟ ਹੈ, ਬਟ ਬਹੁਤ ਆਸਾਨ ਕਹਿਣਾ ਵੀ ਪੰਜਾਬ 'ਚ ਇਸ ਕਰਕੇ ਨਹੀਂ ਇੰਡਸਟਰੀ ਆਈ ਵੀ ਹਿਮਾਚਲ ਨੇ ਕਨਸੈਸ਼ਨ ਦਿੱਤੇ।
देर हरियाणे ने तो कोई कंसैशन नहीं दिते। हरियाणा इज लाइक पंजाब जिहड़ियां 17 स्टेट्स उत्थे इंडस्ट्री क्यों आई, क्योंकि इंडस्ट कल्ले जिहड़े कह रहे हो असीं एक समिट कर ली इंडस्ट्री समिट कर ली, जां असीं हुण मेमोरेंडम ऑफ अंडरस्टैंडिंग साइन कर लिया, हुण नवां लेटेस्ट है मेमोरेंडम ऑफ अंडरस्टैंडिंग साइन नहीं करने, मेमोरेंडम ऑफ अंडरस्टैंडिंग दिल से, मतलब ये इंडस्ट्री लिस्ट इन्हां गल्लां च नहीं आउंदी, उन्हां ते माहौल देखना, देयर टू मेक कैलकुलेशन, मैं इत्थे पैसे लाए मैनू इत्थों किन्ना मिलूगा, मैं हरियाणे च लावां उत्थे की होएगा, महाराष्ट्र च लावां उत्थे की होएगा, जदों इत्थे साडियां उन्हां दी कॉस्ट बहुत ज़्यादा है। दूसरे पासे जिहड़ी पोलीटिकल कंटीन्यूटी ऑफ स्टेबिलिटी ऑफ पॉलिसी वो नहीं, दूसरा जिहड़ा साडी हुण पावर दी सिचुएशन इन्नी माड़ी हो गई विच इज़ अ नर्व सेल ऑफ जिहड़ी बहुत वड्डी रिक्वायरमेंट, उहदे करके आई डोंट वॉन्ट टू गिव कि एक तरह की बहुत डिस्पोडेंसी, पर मैं लगता नहीं भी कोई इंडस्ट्रियलिस्ट बहुता कीन हो पंजाब इन्वैसट कर, जो आप पिछले 10 साल तो देख रहे हैं भी बड़िया बड़िया कन्वेंशन मीटिंग्स होंगे बहुत सारिया खबर आदि, पर एंड एट द एंड बहुता कुछ निकलता नहीं। तुम बहुत वधिया सानू दसियां पंजाब दियां प्रॉब्लम्स तत्थां दे नाल सर, पर इहदे चों निकलण दा सल्यूशन भी जे कोई रिफॉर्म किहड़े करने चाहिए ने पंजाब नू, ਕਿਵੇਂ ਐਟ ਲੀਸਟ ਆਪਾਂ ਐਡਰੈਸ ਕਰ ਸਕਦੇ ਹਾਂ ਆਪਣੀਆਂ ਪ੍ਰੋਬਲਮਸ ਨੂੰ? ਆਈ ਥਿੰਕ ਸਭ ਤੋਂ ਪਹਿਲਾਂ ਤਾਂ ਇਹ ਚਾਹੀਦਾ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਨਾ, ਆਈ ਥਿੰਕ ਉਹਨਾਂ ਨੂੰ ਪ੍ਰੋਬਲਮਸ ਪਤਾ ਹੈਗੇ, ਪਰ ਉਹ ਪ੍ਰੋਬਲਮਸ ਬਾਰੇ ਉਦੋਂ ਹੀ ਗੱਲ ਕਰਦੇ ਜਦੋਂ ਅਪੋਜੀਸ਼ਨ 'ਚ ਹੁੰਦੇ ਆ, ਜਦੋਂ ਪਾਵਰ 'ਚ ਆ ਜਾਂਦੇ ਆ ਉਦੋਂ ਕਹਿ ਦਿੰਦੇ ਆ ਐਵਰੀਥਿੰਗ ਇਜ਼ ਹੌਂਕੀ ਡੋਰੀ। ਆਈ ਥਿੰਕ ਸਭ ਤੋਂ ਪਹਿਲਾਂ ਤਾਂ ਪੋਲੀਟੀਕਲ ਲੀਡਰਸ਼ਿਪ ਆਰਾਮ ਨਾਲ ਲੋਕਾਂ ਨੂੰ ਸਮਝਾਉਣਾ ਚਾਹੀਦਾ ਸਾਡੀਆਂ ਪ੍ਰੋਬਲਮਸ ਬਹੁਤ ਬਹੁਤ ਸੀਰੀਅਸ ਆ, ਵੀ ਅਸੀਂ ਵੀ ਚਾਹੁੰਦੇ ਹਾਂ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਮਿਲਣ, ਅਸੀਂ ਵੀ ਚਾਹੁੰਦੇ ਹਾਂ ਤੁਹਾਡੇ ਬੱਚੇ ਸਿਹਤਮੰਦ ਹੋਣ, ਅਸੀਂ ਵੀ ਚਾਹੁੰਦੇ ਹਾਂ ਇੱਥੋਂ ਡਰੱਗਸ ਵਗੈਰਾ ਖਤਮ ਹੋਣ, ਪਰ ਸਾਡੀ ਸਭ ਤੋਂ ਵੱਡੀ ਸਮੱਸਿਆ ਵੀ ਸਾਡੇ ਕੋਲ ਪੈਸਾ ਹੈ। ਆਈ ਥਿੰਕ ਸਟੇਟ ਵੇ ਦੂਸਰਾ, ਆਈ ਥਿੰਕ ਜਿਹੜੇ ਪੰਜਾਬੀ ਹੈ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਕੋਈ ਵੀ ਹੈ ਚਾਹੇ ਦੂਸਰਾ ਕਿਸੇ ਵੀ ਭਾਈਚਾਰੇ 'ਚੋਂ ਹੈਗਾ, ਹਰ ਕੋਈ ਪੰਜਾਬ ਦਾ ਭਲਾ ਚਾਹੁੰਦਾ ਹੈ। ਐਂਡ ਆਈ ਥਿੰਕ ਜੇ ਉਹਦੇ ਨਾਲ ਤੁਸੀਂ ਠੀਕ ਤਰ੍ਹਾਂ ਡਾਇਲੋਗ ਕਰੋ ਦੇਲ ਅੰਡਰਸਟੈਂਡ, ਐਂਡ ਪਹਿਲੀ ਗੱਲ ਪੋਲੀਟੀਸ਼ੀਅਨ ਆਪ ਐਗਜ਼ਾਮਪਲ ਸੈੱਟ ਕਰੋ ਵੀ ਅਸੀਂ ਕੀ ਫੋਰਗੋ ਕਰਦੇ ਹਾਂ, ਆਪ ਕਹਿਣ ਵੀ ਮੈਂ ਇਕੱਲੀ ਬੇਸਿਕ ਪੈਨਸ਼ਨ ਲਊਂਗਾ, ਬੇਸਿਕ ਤਨਖਾਹ ਲਊਂਗਾ, ਮੈਂ ਨਹੀਂ ਲਊਂਗਾ ਕੋਈ ਅਲਾਊਂਸਿਸ, ਮੈਂ ਆਪਦੀ ਸਿਕਿਉਰਿਟੀ ਘਟਾਊਂਗਾ, ਅਤੇ ਲੋਕਾਂ ਨੂੰ ਵੀ ਕਹਿਣ ਤੁਸੀਂ ਅਸੀਂ ਆਹ ਵਿਦਡਰਾ ਕਰਦੇ ਹਾਂ ਵੀ ਤੁਸੀਂ ਆਪ ਉਹਦੇ ਨਾਲ ਬੈਲੈਂਸ ਹੋ। ਨੰਬਰ ਦੋ ਦੇ ਉੱਤੇ ਪ੍ਰਿਓਰਿਟੀ ਚਾਹੀਦੀ ਸਾਡੀ ਐਜੂਕੇਸ਼ਨ, ਨੰਬਰ ਦੋ ਦੇ ਉੱਪਰ ਹੈਲਥ, ਤੀਜਾ ਪੰਜਾਬ ਦੀ ਜਿਹੜੀ ਇਨਫਰਾਸਟਰਕਚਰ ਉਹ ਬਹੁਤ ਡਿਟੀਰੀਓਰੇਟ ਹੋ ਰਹੀ ਹੈ, ਬਹੁਤ ਡਿਟੀਰੀਓਰੇਟ ਹੋ ਰਹੀ ਹੈ, ਸਰਕਾਰ ਕੋਲ ਕੋਈ ਪੈਸਾ ਹੈ ਨਹੀਂ, ਅਤੇ ਉਹ ਜੇ ਇਸ ਤਰ੍ਹਾਂ ਡਿਟੀਰੀਓਰੇਟ ਹੁੰਦੀ ਰਹੀ ਤਾਂ ਇੱਥੇ ਹੋਰ ਵੀ ਹਾਲਤ ਖਰਾਬ ਹੋਣ ਦੇ ਚਾਂਸਿਸ ਹੈਗੇ, ਐਂਡ ਲੋਕ ਪੀਪਲ ਵਿਲ ਅੰਡਰਸਟੈਂਡ। ਆਈ ਥਿੰਕ ਜਦੋਂ ਵੀ ਅਸੀਂ ਵਰਲਡ ਬੈਂਕ 'ਚ ਬਹੁਤ ਸਾਰਾ ਸਾਡਾ ਐਨਾਲਿਸਿਸ ਇਹ ਹੈ ਵੀ ਜਦੋਂ ਕੋਈ ਨਵੀਂ ਸਰਕਾਰ ਬਣਦੀ ਨਾ ਉਹਦੇ ਲਈ ਪਹਿਲੇ 100 ਦਿਨ ਬੜੇ ਕ੍ਰਿਟੀਕਲ ਹੁੰਦੇ, ਜੇ ਕੋਈ ਬੜੀ ਮਚਿਓਰ ਪੋਲੀਟੀਕਲ ਲੀਡਰਸ਼ਿਪ ਪਹਿਲੇ 100 ਦਿਨਾਂ ਦੇ ਵਿੱਚ ਉਹ ਟਫ ਡਿਸੀਜਨ ਲੈ ਲਏ, ਇੱਕ ਤਾਂ ਇਹ ਹੁੰਦਾ ਵੀ ਉਦੋਂ ਉਹਨਾਂ ਦਾ ਹਨੀਮੂਨ ਪੀਰੀਅਡ ਚੱਲ ਰਿਹਾ ਹੁੰਦਾ, ਦੂਜਾ ਲੋਕਾਂ ਨੂੰ ਕਹੇ ਵੀ ਆਹ ਵੇਖੋ ਵੀ ਅਸੀਂ ਤਾਂ ਆਏ, ਅਸੀਂ ਦੇਖਿਆ ਵੀ ਹਾਲਤ ਬਹੁਤ ਮਾੜੀ ਹੈ ਵੀ ਇਹ, ਦੂਸਰਾ ਇਹ ਹੁੰਦਾ ਵੀ ਉਸ ਤੋਂ ਬਾਅਦ ਫਿਰ ਤੀਜੇ ਚੌਥੇ ਸਾਲ ਤੱਕ ਉਹਨਾਂ ਦੇ ਪੋਜ਼ੀਟਿਵ ਅਸਰ ਆਉਣ ਲੱਗ ਜਾਂਦੇ। ਜੇ ਤੁਸੀਂ ਪਹਿਲੇ ਦਿਨ ਤੁਸੀਂ ਮੈਂ ਤਾਂ ਆਹ ਚੀਜ਼ ਫ੍ਰੀ ਦੇਣੀ ਸੀ ਇਹ ਰਹਿ ਗਈ, ਹੁਣ ਅਪੋਜੀਸ਼ਨ ਨੇ ਤਾਂ ਤੁਹਾਨੂੰ ਟਰੈਪ ਲਾਉਣੀ ਹੈ ਵੀ ਤੁਸੀਂ ਆਪ ਇਲੈਕਸ਼ਨ ਤੁਸੀਂ ਪ੍ਰੋਮਿਸ ਕੀਤਾ ਸੀ ਕਿਉਂ ਨਹੀਂ ਦਿੱਤਾ ਗਾ। ਹੁਣ ਦੇਖੋ ਨਾ ਜਦੋਂ ਕੈਪਟਨ ਅਮਰਿੰਦਰ ਨੇ ਪ੍ਰੋਮਿਸ ਕੀਤਾ ਵੀ ਅਸੀਂ ਫਾਰਮਰ ਲੋਨ ਰਾਈਟ ਆਫ ਕਰਾਂਗੇ, ਪੈਸਾ ਹੈ ਨਹੀਂ ਸੀ ਕੋਈ, ਲੋਨ ਲੈ ਲਿਆ, ਲੋਨ ਕੀ ਲਿਆ, ਜਿਹੜੀ ਸਭ ਤੋਂ ਅਮੀਰ ਔਰਗੇਨਾਈਜੇਸ਼ਨ ਸੀ ਇੱਕ ਅਦਾਰਾ ਸੀ ਪੰਜਾਬ ਸਰਕਾਰ ਦਾ ਪੰਜਾਬ ਮੰਡੀ ਬੋਰਡ, ਉਹਦੀ ਫਿਊਚਰ ਇਨਕਮ ਦੇ ਅਗੇਂਸਟ ਲੋਨ ਲੈ ਲਿਆ, ਹੁਣ ਕੀ ਉਹਦੇ ਅਗੇਂਸਟ 4600 ਕਰੋੜ ਦਾ ਲੋਨ ਲੈ ਕੇ ਫਾਰਮਰ ਨੂੰ ਦੇਤਾ, 500 ਕਰੋੜ ਦਾ ਲੈ ਕੇ ਲੈਂਡਲੈਸ ਨੂੰ ਦੇਤਾ, ਹੁਣ ਉਹਦੀ ਕਿਸ਼ਤ ਨਹੀਂ ਮੁੜ ਰਹੀ, ਕਿਸ਼ਤ ਟੁੱਟ ਗਈ, ਮਤਲਬ ਕਿਸੇ ਆਪਾਂ ਪਿੰਡ 'ਚ ਵੀ ਰਹਿੰਦੇ ਹਾਂ ਸ਼ਹਿਰ 'ਚ, ਜੇ ਕਿਸੇ ਦੇ ਬੈਂਕ ਦੀ ਲੋਨ ਦੀ ਇੰਟਰਸਟ ਟੁੱਟ ਦੀ ਕਿਸ਼ਤ ਟੁੱਟ ਜੇ ਕਿੰਨਾ ਉਹਨੂੰ ਮਾੜਾ ਸਮਝ, ਇੱਥੇ ਸਰਕਾਰ ਦੀ ਕਿਸ਼ਤ ਟੁੱਟ ਗਈ ਕਿਉਂਕਿ ਇਹ ਰੈਸ਼ਨਲ ਡਿਸੀਜਨ ਹੈ। ਹੁਣ ਇਹ ਸਰਕਾਰ ਨੇ 300 ਯੂਨਿਟ ਫ੍ਰੀ ਕਰਤੇ ਹਰ ਇੱਕ ਨੂੰ, ਹੁਣ ਮੈਂ ਬਿਜਲੀ ਦਾ ਬਿੱਲ ਦੇ ਸਕਦਾ, ਜਿਹੜਾ ਬੰਦਾ ਕੋਈ ਵੀ ਇਨਕਮ ਟੈਕਸ ਪੇ ਕਰ ਰਿਹਾ ਉਹ ਦੇ ਸਕਦਾ ਹੈਗਾ, ਸੇਮ ਵੇ ਜਿਹਨਾਂ ਲੋਕਾਂ ਦੀਆਂ 5-5, 7-7 ਮੋਟਰਾਂ ਲੱਗੀਆਂ ਹੈਗੀਆਂ ਉਹਨਾਂ ਨੂੰ ਸਾਰੀ ਬਿਜਲੀ ਫ੍ਰੀ ਹੈਗੀ, ਇਹ ਮਤਲਬ ਸੇਮ ਵੇ। ਹੁਣ ਤੁਸੀਂ ਦੇਖੋ ਨਾ ਚਰਨਜੀਤ ਚੰਨੀ ਨੇ ਉਹਨਾਂ ਦੀ ਸਰਕਾਰ ਨੇ ਕਹਿਤਾ ਅਸੀਂ ਲੇਡੀਜ਼ ਲਈ ਟਰੈਵਲ ਫ੍ਰੀ ਕਰਾਂਗੇ, ਤੁਹਾਡੀ PRTC ਪੰਜਾਬ ਰੋਡਵੇਜ਼ ਘਾਟੇ ਚੱਲ ਰਹੀ ਹੈ, ਤਨਖਾਹ ਜਿਹੜੇ ਤੁਹਾਡੇ ਡਰਾਈਵਰ ਅਤੇ ਕੰਡਕਟਰ ਆ ਉਹਨਾਂ ਨੂੰ ਤੁਸੀਂ ਤਨਖਾਹ ਨਹੀਂ ਦੇ ਸਕਦੇ, ਪੈਸਾ ਕਿੱਥੋਂ ਆਉਣਾ?
ਹੁਣ ਇਲੈਕਟ ਮੈਨੂੰ ਤਾਂ ਡਰ ਲੱਗ ਰਿਹਾ ਜਿਹੜੀ ਸਾਡੀ ਪਾਵਰ ਕਾਰਪੋਰੇਸ਼ਨ ਇਹਦੀ ਕਿਤੇ ਉਸ ਤਰ੍ਹਾਂ ਦੀ ਹਾਲਤ ਨਾ ਹੋ ਜਾਵੇ ਜਿਸ ਤਰ੍ਹਾਂ ਮੰਡੀ ਬੋਰਡ ਜੇ ਆਪਦੇ ਲੋਨ ਮੋਡ ਤੋਂ ਮੁਸ਼ਕਲ ਹੋ ਜਾਵੇ ਇਟਸ ਰੀਲੀ ਵਰਿੰਗ ਸੋ ਸਭ ਤੋਂ ਪਹਿਲਾਂ ਗੌਰਮੈਂਟ ਨੂੰ ਆਪਣੀਆਂ ਜਿਹੜੀ ਨਾ ਅਕਾਊਂਟ ਬੁੱਕ ਬੈਲੈਂਸ ਕਰਨੀ ਪਊਗੀ ਐਂਡ ਉਹਦੇ ਲਈ ਇੱਕ ਮਾਹਰਾਂ ਦਾ ਸਾਡੇ ਕੋਲ ਬਹੁਤ ਸੋਹਣੇ ਮਾਹਰ ਹੈਗੇ ਇਕਾਨੋਮਿਸਟ ਹੈਗੇ ਵੀ ਦੱਸੋ ਕਿੱਥੇ ਕਿੱਥੇ ਅਸੀਂ ਟੈਕਸ ਦੀ ਚੋਰੀ ਬੰਦ ਕਰ ਸਕਦੇ ਹਾਂ ਕਿੱਥੇ ਕਿੱਥੇ ਅਸੀਂ ਟੈਕਸ ਵਧਾ ਸਕਦੇ ਹੈਗੇ ਕਿੱਥੇ ਸਰਕਾਰ ਦੇ ਖਰਚੇ ਘਟਾ ਸਕਦੇ ਹੈ ਉਹ ਉਹਦੇ ਨਾਲ ਤੁਹਾਡੀ ਇਨਕਮ ਵੱਧ ਜਾਏਗੀ ਇਸੇ ਤਰ੍ਹਾਂ ਜੇ ਤੁਸੀਂ ਕੰਪੀਟੀਸ਼ਨ ਵਧਾ ਦਿਓਗੇ ਤੁਹਾਡੇ ਬਿਡਿੰਗ ਪ੍ਰੋਸੈਸ ਤੁਹਾਡੀ ਕੋਸਟ ਥੱਲੇ ਆਉਣੀ ਹੈ ਦੂਜੇ ਪਾਸੇ ਮੈਸੇਜ ਗੋਜ਼ ਵੈਰੀ ਸਟਰੋਂਗਲੀ ਵੀ ਜਿਹੜਾ ਤੁਹਾਨੂੰ ਕਿਸੇ ਨੇ ਜਿਹੜਾ ਕੰਮ ਕੀਤਾ ਉਹਨੂੰ ਇਹ ਨਹੀਂ ਵੀ ਉਹਨੂੰ ਕਿਸੇ ਦਫ਼ਤਰ 'ਚ ਪੈਸੇ ਦੇਣੇ ਪੈਣਗੇ ਬਿੱਲ ਪਾਸ ਕਰਾਉਣ ਲਈ ਮੈਸੇਜ ਲੋਕ ਪੀਪਲ ਅੰਡਰਸਟੈਂਡ ਪਰ ਜੇ ਤੁਸੀਂ ਇਕੱਲੇ ਹੀ ਕਹੋ ਵੀ ਅਸੀਂ ਐਂਟੀ ਕਰਪਸ਼ਨ ਅਸੀਂ ਕਰਾਂਗੇ ਪਰ ਗਰਾਊਂਡ 'ਤੇ ਵੀ ਉਹ ਚੀਜ਼ ਦਿਖਣੀ ਚਾਹੀਦੀ ਹੈਗੀ ਬਹੁਤ ਜ਼ਰੂਰੀ ਹੈ ਅਤੇ ਉਸ ਤੋਂ ਵੀ ਇਲਾਵਾ ਸਾਈਮਲਟੇਨੀਅਸਲੀ ਜਿਹੜੇ ਸਾਡੇ ਜਿਹੜੀਆਂ ਇਮੋਸ਼ਨਲ ਇਸ਼ੂਜ਼ ਹੈ ਆਈ ਥਿੰਕ ਜਿਹੜੀ ਜਿਸ ਤਰ੍ਹਾਂ ਬਹੁਤ ਸੋਹਣਾ ਮੈਂ ਕੱਲ੍ਹ ਵਾਲੇ ਤੁਹਾਡੇ ਜਿਹੜਾ ਸੀਗਾ ਕਨਵਰਸੇਸ਼ਨ ਡਾਕਟਰ ਕੇਰ ਸਿੰਘ ਨੇ ਬੜਾ ਰੀਲੀਅਸ ਐਂਗਲ ਤੋਂ ਜਾਂ ਕੀ ਹੋਇਆ ਆਈ ਥਿੰਕ ਉਹ ਇਸ਼ੂ ਨੂੰ ਵੀ ਸਾਨੂੰ ਪੋਲੀਟੀਕਲ ਲੀਡਰਸ਼ਿਪ ਨੂੰ ਅਪ ਫਰੰਟ ਹੋ ਕੇ ਡਿਸਕਸ ਕਰਨਾ ਚਾਹੀਦਾ ਵੀ ਅਸੀਂ ਐਂਡ ਉਹ ਲੀਡਰ ਉਹ ਜਿਹੜੀ ਪਾਵਰ ਪਾਰਟੀ ਐਂਡ ਪਾਵਰ ਉਹਨੂੰ ਲੀਡ ਲੈਣੀ ਪੈਂਦੀ ਇਹਨਾਂ ਚੀਜ਼ਾਂ ਵਿੱਚ ਐਂਡ ਆਈ ਐਮ ਸ਼ੋਰ ਬਹੁਤ ਸਾਰੇ ਲੋਕ ਅੱਜ ਹੈਗੇ ਜਿਨ੍ਹਾਂ ਨੇ ਬਹੁਤ ਸੰਤਾਪ ਝੱਲਿਆ 1980s ਦੇ ਵਿੱਚ ਆਈ ਥਿੰਕ ਉਹਨਾਂ ਨੂੰ ਸਾਰਿਆਂ ਨੂੰ ਐਂਡ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਚੀਜ਼ਾਂ ਦਾ ਬਹੁਤ ਪੋਜ਼ਿਟਿਵ ਇਫੈਕਟ ਹੋਏਗਾ ਅਤੇ ਦੂਸਰੇ ਪਾਸੇ ਇਹ ਹੈ ਵੀ ਇਹ ਜਿਹੜੀ ਡਰੱਗਸ ਵਗੈਰਾ ਦੀ ਪ੍ਰੋਬਲਮ ਬਹੁਤ ਵੱਡੀ ਹੈ ਉਹ ਇਟਸ ਨਾਟ ਓਨਲੀ ਡਰੱਗਸ ਦੀ ਪ੍ਰੋਬਲਮ ਆਈ ਥਿੰਕ ਇਟਸ ਇਟਸ ਅ ਸੋਸ਼ਲ ਪ੍ਰੋਬਲਮ ਇਟਸ ਅ ਸਾਡਾ ਸਾਰਾ ਤਾਣਾ ਵਾਣਾ ਹੀ ਇੱਕ ਤਰ੍ਹਾਂ ਦਾ ਉਲਝ ਗਿਆ ਹੈਗਾ ਅਤੇ ਉਹਦੇ ਵੱਲ ਵੀ ਬਹੁਤ ਬਹੁਤ ਧਿਆਨ ਦੇਣ ਦੀ ਲੋੜ ਹੈ ਮਨਵੀਰ ਜੀ ਆਲਮੋਸਟ ਸਮ ਅਪ ਕਰਤਾ ਜੀ ਤੁਸੀਂ ਪੰਜਾਬ ਦੀ ਬੇਚੈਨੀ ਕਿਉਂ ਹੈਗੀ ਔਰ ਡਰੱਗਸ ਦਾ ਇਸ਼ੂ ਵੀ ਇਹਦੇ ਵਿੱਚੋਂ ਹੀ ਨਿਕਲਦਾ ਲੱਗਦਾ ਆ ਜਦੋਂ ਸਾਡਾ ਐਜੂਕੇਸ਼ਨ ਸਿਸਟਮ ਸਾਡੇ ਪੋਲੀਟੀਕਲ ਅਦਾਰੇ ਜਿਹੜੀ ਬਿਊਰੋਕਰੇਸੀ ਆ ਜਿਹੜੀ ਪੁਲਿਸ ਆ ਸਾਡੇ ਬੱਚਿਆਂ ਨੂੰ ਝਿੜਕੇ ਮਾਰਦੀ ਆ ਬਿਨਾਂ ਰੀਜ਼ਨ ਤੋਂ ਕੋਈ ਫਰੈਂਡਲੀ ਜਾਂ ਕੋਈ ਐਮੀਕੇਬਿਲਿਟੀ ਨਜ਼ਰ ਨਹੀਂ ਆਉਂਦੀ ਸੋ ਇਹਦੇ ਵਿੱਚੋਂ ਇਹ ਬੇਚੈਨੀਆਂ ਜਿਹੜੀਆਂ ਨੇ ਇਹ ਨਿਕਲਦੀਆਂ ਨੇ ਸਰ ਗੱਲਾਂ ਹੋਰ ਵੀ ਬਹੁਤ ਕਰਨੀਆਂ ਸੀ ਪਰ ਮੈਨੂੰ ਲੱਗਦਾ ਕਿ ਅੱਜ ਦਾ ਪ੍ਰੋਗਰਾਮ ਆਪਾਂ ਨੂੰ ਫੋਰ ਦਾ ਆਡੀਅੰਸ ਸੇਕ ਕਿਉਂਕਿ ਉਹਨਾਂ ਨੇ ਵੀ ਕੰਮਾਂ ਕਾਰਾਂ 'ਚੋਂ ਟਾਈਮ ਕੱਢ ਕੇ ਸਮਾਂ ਕੱਢ ਕੇ ਪ੍ਰੋਗਰਾਮ ਦੇਖਣਾ ਹੁੰਦਾ ਇੰਨਾ ਆਪਾਂ ਨੂੰ ਬਹੁਤ ਹੈ ਜੀ ਆਪਾਂ ਦੁਬਾਰਾ ਕਿਸੇ ਪ੍ਰੋਗਰਾਮ 'ਚ ਹੋਰ ਮਸਲਾ ਤੁਹਾਡੇ ਵੱਲ ਲੈ ਕੇ ਆਵਾਂਗੇ ਹੋਰ ਜਾਣਕਾਰੀ ਤੁਹਾਡੇ ਤੋਂ ਕਢਾਵਾਂਗੇ ਤੁਹਾਡੇ ਐਕਸਪੀਰੀਅੰਸ 'ਚੋਂ ਅਸੀਂ ਵੀ ਸਿੱਖਾਂਗੇ ਸਰ ਅੱਜ ਤੁਸੀਂ ਆਪਣਾ ਸਮਾਂ ਕੱਢਿਆ ਔਰ ਡੋਜ਼ ਆਫ ਆਪਟੀਮਿਜ਼ਮ ਵੀ ਦਿੱਤੀ ਹੈ ਪੰਜਾਬ ਨੂੰ ਉਹਦੇ ਲਈ ਤੁਹਾਡਾ ਬਹੁਤ ਧੰਨਵਾਦ ਸਰ ਮਨਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਸਰੋਤਿਆਂ ਦਾ ਵਿਊਰਸ ਦਾ ਬਹੁਤ ਧੰਨਵਾਦ ਜੇ ਮੈਥੋਂ ਜਾਣੇ ਅਣਜਾਣੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਕਹੀ ਗਈ ਹੋਵੇ ਜਿਹੜੀ ਕਿਸੇ ਨੂੰ ਹਰਟ ਕੀਤੀ ਹੋਵੇ ਮੈਂ ਉਹਦੇ ਲਈ ਮਾਫ਼ੀ ਮੰਗਦਾ ਅਤੇ ਥੈਂਕ ਯੂ ਸੋ ਮੱਚ ਥੈਂਕ ਯੂ ਜੀ